ਅਮੀ ਤੋ ਜਿ ਕਹਿਚੈ ਕੋਟ ਇੰਦਰ ਇੰਤਰਹਾਨ ਸ਼ਾਹੋ ਸ਼ਾਹਾਨ ਗਿਣਚੈ ਤ੍ਰਿਪਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕਹ ਟਲ ਗੁਰਸੇਵੀ ਐ ਹੈ ਨਿਸ ਸਹਜ ਸੁਭਾਏ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀਓ ਮਲਾਰ ਮਹੱਲਾ ਪੰਜਵਾ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਆਪਣੇ ਸੇਵਕ ਕੋ ਲਏ ਪ੍ਰਭ ਲਾਏ ਤਾਂ ਕਿ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖਦਾਤੇ ਤੇ உம்ਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਿਰ ਤੇਰਾ ਰੰਗ ਰਾਤੇ ਰਹਾਉ ਗਾਵਣ ਸੁਨਣ ਸਭ ਤੇਰਾ ਪਾਣਾ ਹੁਕਮ ਬੂਝੈ ਸੋ ਸਾਚ ਸਮਾਨਾ ਜਪ ਜਪ ਜੀ ਵਹਿ ਤੇਰਾ ਨਾਉ ਤੁਝ ਵਿਨ ਦੂਜਾ ਨਹੀਂ ਥਾਉ ਦੁਖ ਸੁਖ ਕਰਤੇ ਹੁਕਮ ਰਜਾਏ ਪਾਣ ਬਖਸ਼ ਪਾਣ ਦੇ ਸਜਾਏ ਦੁਹਾਂ ਸਿਰਾਂ ਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪ੍ਰਤਾਪ ਤੇਰੀ ਕੀਮਤ ਤੂੰ ਹੈ ਜਾਣਹਿ ਤੂੰ ਆਪੇ ਬੂਝਹਿ ਸੁਣ ਆਪ ਵਖਾਣਹਿ ਸੇਈ ਭਗਤ ਜੋ ਤੁਧ ਪਾਣੇ ਨਾਨਕ ਤਿਨ ਕੈ ਸਦ ਕੁਰਬਾਣੇ ਸੇਈ ਭਗਤ ਜੋ ਤੁਧ ਪਾਣੇ ਨਾਨਕ ਤਿਨ ਕੈ ਸਦ ਕੁਰਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਜੀ ਵਡਪਾਗੇ ਹੋ ਤੰਤਾ ਦੇ ਜੋਗ ਹੋ ਜੋ ਬਾਦਸ਼ਾਹ ਦਰਵੇਸ਼ ਹੱਕਰਾ ਗੰਜੂਰ ਮਰਦ ਅਗਮੜੇ ਤੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬੜੇ ਪਿਆਰ ਦੇ ਨਾਲ ਪਵਨ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਆਓ ਅੱਜ ਦਾ ਜੋ ਪਵਨ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਵਿਚਾਰਨ ਲਈ ਦਿੱਤਾ ਹੈ ਇਸ ਪਵਨ ਪਵਿੱਤਰ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 1270 ਅੰਗ ਤੋਂ ਆਰੰਭ ਹੋ ਕੇ 1271 ਅੰਗ ਤੱਕ ਜਾਂਦਾ ਹੈ ਇਹ ਚਾਰ ਪਦਿਆਂ ਵਾਲਾ ਸ਼ਬਦ ਹੈ ਔਰ ਮਲਾਰ ਰਾਗ ਦੇ ਅੰਦਰ ਦੂਜੀ ਕਰਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਹੋਇਆ ਹੈ ਆਓ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕੀ ਸਮਝਾਉਂਦੇ ਹਨ ਜਾਨਣ ਦਾ ਯਤਨ ਕਰਦੇ ਹਾਂ ਮਲਾਰ ਮਹੱਲਾ ਪੰਜਵਾ ਮਲਾਰ ਰਾਗ ਦੇ ਅੰਦਰ ਪੰਚਮ ਪਾਦਸ਼ਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਪਾਵਨ ਸ਼ਬਦ ਉਚਾਰਨ ਹੋਇਆ ਹੈ ਗੁਰ ਕੇ ਚਰਨ ਹਿਰਦੈ ਵਸਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਕਹਿ ਰਹੇ ਹਨ ਗੁਰ ਕੇ ਚਰਨ ਹਿਰਦੈ ਵਸਾਈ ਕਹਿੰਦੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾ ਲੈਨੇ ਅਸੀਂ ਤੇ ਇਹ ਗੁਰੂ ਅਰਜਨ ਦੇਵ ਜੀ ਕਹਿ ਰਿਹਾ ਗੁਰ ਕੇ ਚਰਨ ਹਿਰਦੈ ਵਸਾਈ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਿਆ ਹੁਣ ਇੱਕ ਗੱਲ ਥੋੜੀ ਜੀ ਸਮਝ ਲਈਏ ਜਿਹੜੇ ਗੁਰੂ ਦੇ ਇੱਕ ਤੇ ਚਰਨ ਉਹ ਨੇ ਜਿਹੜੇ ਚਰਨ ਹਾਰਮਾਸ 나ੜੀ ਕੋ ਪਿੰਜਰ ਆਪਣੇ ਸਾਰਿਆਂ ਦੇ ਆ ਆਪਣੇ ਕੋਲ ਵੀ ਆ ਉਹ ਜਿਨ੍ਹਾਂ ਨਾਲ ਚੱਲ ਕੇ ਜਾਣਾ ਇਸ ਗੱਲ 'ਚ ਕੋਈ ਦੋ ਰਾਹਵਾਂ ਨਹੀਂ ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਕਿ ਗੁਰੂ ਦੇ ਚਰਨਾਂ 'ਚ ਦੋਵੇਂ ਜਹਾਨਾਂ ਦੇ ਸੁੱਖ ਪਏ ਆ ਜਿਹੜਾ ਵੀ ਕੋਈ ਸ਼ੰਕਾ ਕਰਦਾ ਉਹਨੇ ਗੁਰੂ ਦੇ ਚਰਨਾਂ ਦੀ ਪ੍ਰਤੀਤਿ ਨਹੀਂ ਕੀਤੀ ਨੇੜੇ ਲੱਗ ਕੇ ਵੇਖਿਆ ਨਹੀਂ ਦੂਰੋਂ ਦੂਰੋਂ ਗੱਲਾਂ ਕਰਨ ਵਾਲਾ ਹੋ ਸਕਦਾ ਗੁਰੂ ਦੇ ਚਰਨਾਂ ਵਿੱਚ ਬੜਾ ਸੁੱਖ ਹੈ ਇੱਕ ਤੇ ਉਹ ਚਰਨ ਹਨ ਜਿਹੜਾ ਵੀ ਕੋਈ ਗੁਰੂ ਦੇ ਚਰਨੀ ਲੱਗਿਆ ਉਹਨੂੰ ਸੁੱਖ ਮਿਲਿਆ ਪਰ ਇੱਕ ਚਰਨ ਐਸੇ ਹਨ ਜਿਨ੍ਹਾਂ ਨੂੰ ਗੁਰੂ ਨੇ ਸਦੀਵੀ ਆਖਿਆ ਜਿਹੜੇ ਚਰਨ ਹਿਰਦੇ 'ਚ ਵਸ ਜਾਣ ਸਦਾ ਵਸਦੇ ਆ ਹਿਰਦੇ 'ਚ ਕੀ ਵਸਦਾ ਹੈ ਹੁਣ ਚਰਨ ਹਿਰਦੇ ਦੇ ਵਿੱਚ ਕਿਵੇਂ ਟਿਕਾਏ ਜਾ ਸਕਦੇ ਆ ਚਰਨ ਹਿਰਦੇ 'ਚ ਟਿਕਾਉਣ ਦਾ ਭਾਵ ਹੈ ਗੁਰੂ ਦੇ ਪ੍ਰਤੀ ਗੁਰੂ ਦੇ ਚਰਨਾਂ ਦੇ ਪ੍ਰਤੀ ਆਪਣੀ ਸ਼ਰਧਾ ਗੁਰੂ ਪਾਤਸ਼ਾਹ ਜੀ ਦੀ ਉਸ ਹਸਤੀ ਨੂੰ ਉਸ ਸ਼ਖਸੀਅਤ ਨੂੰ ਉਸ ਸਾਖਸ਼ਾਤਕਾਰ ਪਰਮੇਸ਼ਰ ਨੂੰ ਹਮੇਸ਼ਾ ਨਮਨ ਕਰਨਾ ਬੰਦਨਾ ਕਰਨਾ ਉਹਦੇ ਅੱਗੇ ਝੁਕੇ ਰਹਿਣਾ ਔਰ ਇਹ ਮੰਨਣਾ ਕਿ ਸਤਗੁਰੂ ਸਭ ਸੁੱਖਾਂ ਦਾ ਦਾਤਾ ਹੈ ਇਸ ਤਰੀਕੇ ਨਾਲ ਗੁਰੂ ਦੇ ਚਰਨ ਆਪਣੇ ਹਿਰਦੇ 'ਚ ਟਿਕਦੇ ਆ। ਦੂਜਾ ਸ਼ਬਦ ਤੇ ਅਭਿਆਸ ਦੇ ਨਾਲ ਗੁਰਬਾਣੀ ਪੜ੍ਹੀਏ ਜਿਉਂ-ਜਿਉਂ ਗੁਰਬਾਣੀ ਦੇ ਨਾਲ ਸੁਰਤ ਜੁੜਦੀ ਜਾਂਦੀ ਹੈ ਤੇ ਗੁਰੂ ਦੇ ਸ਼ਬਦ ਹੀ ਗੁਰੂ ਦੇ ਚਰਨ ਬਣ ਜਾਂਦੇ ਆ ਇਹ ਵੀ ਗੁਰੂ ਦੇ ਚਰਨ ਹਿਰਦੇ ਵਿੱਚ ਟਿਕਾਉਣ ਦਾ ਇੱਕ ਤਰੀਕਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰ ਕੇ ਚਰਨ ਹਿਰਦਾ ਵਸਾਏ ਅਸੀਂ ਤੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਵਸਾ ਹੋ ਗਿਆ ਟਿਕਾਈ ਸ਼ਬਦ ਨਹੀਂ ਵਸਾਏ ਸ਼ਬਦ ਹੈ ਬਸ ਆ ਹੋ ਜਾਣਾ ਮਤਲਬ ਨਿਕਲ ਨਹੀਂ ਸਕਦਾ ਹੁਣ ਪੱਕਾ ਟਿਕਾਣਾ ਹੈ ਕਰ ਕਿਰਪਾ ਪ੍ਰਭ ਆਪ ਮਿਲਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਕਹਿੰਦੇ ਕਰ ਕਿਰਪਾ ਪ੍ਰਭ ਆਪ ਮਿਲਾਏ ਗੁਰੂ ਘਰ ਦੇ ਅੰਦਰ ਹਉਮੈ ਨੂੰ ਥੋੜੀ ਜਿਹੀ ਵੀ ਥਾਂ ਨਹੀਂ ਦਿੱਤੀ ਮੈਂ ਕੋਈ ਆਖੇ ਜੀ ਮੈਂ ਚੱਲ ਕੇ ਗਿਆ ਮੈਂ ਹਿੰਮਤ ਕਰ ਲਈ ਮੈਂ ਮਿਹਨਤ ਕਰ ਲਈ ਮੇਰਾ ਕੀਤਾ ਹੀ ਹੁੰਦਾ ਨਾ ਗੁਰੂ ਦੇ ਚਰਨ ਹਿਰਦੇ ਚ ਵਸ ਗਏ ਤੇ ਉਥੇ ਸਿੱਖ ਕੀ ਕਹਿੰਦਾ ਇਹ ਮੇਰੀ ਹਿੰਮਤ ਨਹੀਂ ਕੋਈ ਮੇਰੀ ਤਾਕਤ ਨਹੀਂ ਕਿ ਗੁਰੂ ਨਾਨਕ ਮੇਰੇ ਹਿਰਦੇ ਚ ਆਣ ਵਸੇ ਕਰ ਕਿਰਪਾ ਤੇ ਉਹਦੀ ਕਿਰਪਾ ਹੈ ਮੈਂ ਤੇ ਚਮਚ ਚ ਚੁੱਕੀ ਫਿਰਦਾ ਸੀ ਉਹ ਅੱਗੋਂ ਸਮੁੰਦਰ ਸੀ ਤੇ ਸਮੁੰਦਰ ਚਮਚ ਚ ਕਿੱਥੇ ਸਮਾ ਸਕਦਾ ਮੈਂ ਕੂਜਾ ਚੁੱਕੀ ਫਿਰਦਾ ਸੀ ਤੇ ਕੂਜੇ ਦੇ ਵਿੱਚ ਸਮੁੰਦਰ ਦਾ ਆ ਜਾਣਾ ਅਸੰਭਵ ਹੈ ਤੇ ਕਹਿਣਾ ਪਏਗਾ ਜੀਵ ਹਿਰਦੇ ਵਿੱਚ ਵਸ ਗਿਆ ਤੇ ਉਹਦੀ ਕਿਰਪਾ ਨਾਲ ਉਹ ਵਸਿਆ ਹੈ ਕਰ ਕਿਰਪਾ ਪ੍ਰਭ ਆਪ ਮਿਲਾਏ ਮੇਰੇ ਤੇ ਤੇ ਮੇਰੇ ਪ੍ਰਭੂ ਜੀ ਨੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆਪੇ ਉਹ ਵਾਹਿਗੁਰੂ ਜਦੋਂ પ્રસન્ન ਹੋਇਆ ਮਿਲਾਏ ਫਿਰ ਉਹਨੇ ਮਿਲਾਇਆ ਗੁਰੂ ਦੇ ਨਾਲ ਮਿਲਾਪ ਕਰਵਾਇਆ ਉਹ ਵਾਹਿਗੁਰੂ ਨੇ ਮੋਹਰ ਲਾਈ ਮੇਰੇ ਮਸਤਕ ਦੇ ਉੱਤੇ ਗੁਰਪੂਰਾ ਪੇਟਿਓ ਵੱਡ ਭਾਗੀ ਉਹ ਭਾਗ ਦੀ ਮੋਹਰ ਮਸਤਕ ਦੇ ਉੱਤੇ ਮੇਰੇ ਪ੍ਰਭੂ ਨੇ ਲਾਈ ਸੀ ਕਿ ਇਹ ਤੇ ਕਿਰਪਾ ਹੋ ਜਾਏ ਗੁਰੂ ਨੂੰ ਮਿਲ ਪਏ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਇਹ ਵੀ ਕਹਿ ਰਹੇ ਆ ਕਹਿੰਦੇ ਦਰਅਸਲ ਗੱਲ ਇਹ ਹੈ ਵੀ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਆਪਣੇ ਸੇਵਕ ਨੂੰ ਲਾ ਲੈਂਦਾ ਫਿਰ ਉਹ ਨੇੜੇ ਸੇਵਕ ਬਹੁਤ ਵੱਡਾ ਮਾਣ ਹਾਸਲ ਕਰ ਲੈਂਦਾ ਹੈ ਸੇਵਾ ਦੇ ਨਾਲ ਇਨਸਾਨ ਤੇ ਇਨਸਾਨ ਪਸ਼ੂ ਵੀ ਰੀਝ ਜਾਂਦੇ ਆ ਕਈ ਇਸ ਤਰ੍ਹਾਂ ਦੇ ਪਸ਼ੂ ਵੇਖੇ ਕਿ ਉਹਨਾਂ ਦਾ ਇੰਨਾ ਮੋਹ ਪੈ ਜਾਂਦਾ ਹੈ ਬੰਦਿਆਂ ਦੇ ਨਾਲ ਆਪਣੀ ਜਾਤੀ ਨਹੀਂ ਨਾ ਵੱਖਰੇ ਆ ਉਹਨਾਂ ਦੀ ਭਾਸ਼ਾ ਨਹੀਂ ਸਮਝ ਆਉਂਦੀ ਉਹਦੇ ਬਾਰੇ ਬਹੁਤਾ ਨਹੀਂ ਜਾਣਦੇ ਪਰ ਇੰਨੀ ਖਿੱਚ ਪੈ ਜਾਂਦੀ ਕਿ ਉਹ ਤੇ ਪਿੱਛੇ ਪਿੱਛੇ ਘੁੰਮਦੇ ਜੀ ਇੱਕ ਬੀ ਸਮਝ ਨਾਦਾਨ ਥੂੜੀ ਬੁੱਧੀ ਵਾਲਾ ਪਸ਼ੂ ਵੀ ਸੇਵਾ ਨੂੰ ਸਮਝਦਾ ਕਿਤੇ ਨਾ ਕਿਤੇ ਉਹਦੇ ਹਿਰਦੇ ਵਿੱਚ ਐ ਤੇ ਜੋ ਸਰਬ ਕਲਾ ਸਮਰੱਥ ਪਰਮਾਤਮਾ ਹੈ ਉਹ ਸੇਵਕ ਦੇ ਉੱਤੇ ਕਿਉਂ ਨਾ ਰੀਝਦਾ ਹੋਵੇਗਾ ਕਹਿੰਦੇ ਨੇ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਆਪਣੇ ਸੇਵਕ ਨੂੰ ਆਪਣੇ ਪਿਆਰੇ ਨੂੰ ਆਪਣੇ ਨੇੜੇ ਲਾ ਲੈਂਦਾ ਅੱਪੀ ਬਾਹ ਫੜ ਕੇ ਨੇੜੇ ਲਾ ਲੰਦਾ ਕਹਿੰਦਾ ਇੱਥੇ ਖੜ ਜਾ। ਬਸ ਆ ਤੇਰਾ ਟਿਕਾਣਾ। ਫਿਕਰ ਨਾ ਕਰ। ਮੈਂ ਹਾਂ ਨਾ। ਤੇ ਜਿਹਦੇ ਵੱਲ ਰੱਬ ਐ ਫਿਰ ਉਹਨੂੰ ਮੋਹਸ਼ੰਦਗੀ ਹੈ ਕਿਸੇ ਦੀ? ਨਾ ਮਹਾਰਾਜ ਕਹਿੰਦੇ ਜਾ ਤੂੰ ਮੇਰੇ ਵੱਲ ਹੈਂ ਤਾਂ ਕਿਆ ਮੋਹਸ਼ੰਦਾ ਤੁਝ ਸਭ ਕੁਝ ਸਭ ਕੁਝ ਮੈਨੋ ਸੌਪਿਆ। ਸਾਰਾ ਕੁਝ ਹੀ ਫੜਾਤਾ ਕਹਿੰਦੇ ਲੈ ਚਾਬੀਆਂ ਤੇਰੇ ਹੱਥ ਨੇ। ਕਿਉਂ ਬਈ ਜਾ ਤੇਰਾ ਬੰਦਾ ਜਦੋਂ ਤੇਰਾ ਬੰਦਾ 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 ਸ਼ਬਦ ਅਰਬੀ ਭਾਸ਼ਾ ਦਾ ਜਿਹਦਾ ਅਰਥ ਹੁੰਦਾ ਗੁਲਾਮ ਗੋਲਾ ਜਦੋਂ ਤੇਰਾ ਗੋਲਾ ਹੀ ਕੋਈ ਬਣ ਜਾਏ ਸੇਵਕ ਹੀ ਬਣ ਜਾਏ ਫਿਰ ਸੇਵਕ ਨੂੰ ਚਾਬੀਆਂ ਰੱਬ ਦੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਸੇਵਕ ਕੋਲ ਹੁੰਦੀਆਂ ਨੇ ਵੱਡਾ ਰਾਜਾ ਹੋਵੇ ਉਹ ਵੀ ਨਹੀਂ ਆਪਣੀਆਂ ਚਾਬੀਆਂ ਚੁੱਕੀ ਫਿਰਦਾ ਹੁੰਦਾ ਆਮ ਕੋਈ ਦੁਨੀਆ ਦਾ ਰਾਜਾ ਹੋਵੇ ਖਜ਼ਾਨਚੀ ਉਹਦਾ ਵੱਖਰਾ ਹੁੰਦਾ ਰਾਜਾ ਥੋੜੀ ਆਪ ਖਜ਼ਾਨਚੀ ਹੁੰਦਾ ਹੈ ਖਜ਼ਾਨਚੀ ਹੋਰ ਹੁੰਦੇ ਆ ਇਸ ਤਰੀਕੇ ਮਹਾਰਾਜ ਕਹਿੰਦੇ ਐ ਇਦਾਂ ਹੀ ਆਪਣੇ ਸੇਵਕ ਨੂੰ ਸਭ ਕੁਝ ਬਖਸ਼ਦਾ ਆਪਣੇ ਨੇੜੇ ਲਾ ਲੈਂਦਾ ਹੈ ਤਾਂ ਕਿ ਕੀਮਤ ਕਹੀ ਨਾ ਜਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਦੇਖਿਓ ਕਿਤੇ ਅੰਦਾਜ਼ੇ ਲਾਣ ਲੱਗ ਜਾਓ ਵੀ ਉਹ ਸੇਵਕ ਹੈ ਜਿਹੜਾ ਉਹਦੇ ਚ ਕਿੰਨੀ ਤਾਕਤ ਹੋਣੀ ਕਿੰਨੀ ਪਾਵਰ ਹੋਣੀ ਕਿੰਨੀ ਕੁੜਾਈ ਦਾ ਮਾਲਕ ਹੋਣਾ ਹੋ ਛੋਟਾ ਹੈ ਉਹ ਵੱਡਾ ਹੈ ਉਹ ਇਦਾਂ ਦਾ ਹੈ ਉਦਾਂ ਦਾ ਹੈ ਨਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਬਾਣੀ ਦੀ ਤੁਕ ਵਿੱਚ ਇਹ ਗੱਲ ਕਹਿ ਦਿੱਤੀ ਕਹਿੰਦੇ ਆਪਣੇ ਸੇਵਕ ਕੋ ਲਏ ਪ੍ਰਭ ਲਾਏ ਤਾਂ ਕਿ ਕੀਮਤ ਕਹੀ ਨਾ ਜਾਏ ਉਹਨਾਂ ਸੇਵਕਾਂ ਦੀ ਕੀਮਤ ਨਹੀਂ ਫਿਰ ਕਹੀ ਜਾ ਸਕਦੀ ਮੁੱਲ ਨਹੀਂ ਜੇ ਪੈ ਸਕਦਾ ਕੋਈ ਕੀਮਤ ਨਹੀਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕਿਸੇ ਬੰਦੇ ਨੇ ਕਿਤੇ ਪੁੱਛ ਲਿਆ ਵੀ ਮਹਾਰਾਜਾ ਸਾਹਿਬ ਉਹ ਹੀ ਨੂਰ ਦਾ ਜਿਹੜਾ ਹੀਰਾ ਹੈ ਇਹਦੀ ਕੀਮਤ ਹੈ ਕੋਈ ਉਹ ਸੋਚ ਕੇ ਜੇ ਕਹਿੰਦੇ ਵੀ ਇਹਦੀ ਕੀਮਤ ਤਾਂ ਨਹੀਂ ਕੋਈ ਹੈ ਉਹ ਬੰਦਾ ਵੀ ਕੋਈ ਨਿਗੜਲਾ ਸੀ ਉਹ ਕਹਿੰਦਾ ਜੀ ਕੋਈ ਨਾ ਕੋਈ ਤੇ ਹੋਣੀ ਕੀਮਤ ਕੋਈ ਪੈਸੇ ਰੁਪਈਏ ਕੋਈ ਹੋਰ ਚੀਜ਼ਾਂ ਦੇ ਕਿ ਮੁੱਲ ਖਰੀਦ ਲਈ ਕਹਿੰਦਾ ਨਾ ਜਦੋਂ ਫੇਰ ਉਹਨੇ ਤੀਜੀ ਵਾਰ ਪੁੱਛਿਆ ਵੀ ਕੋਈ ਤਾਂ ਹੋਣੀ ਨਾ ਕੁਛ ਨਾ ਕੁਛ ਤਾਂ ਹੋਣਾ ਇਹਨੂੰ ਹਾਸਲ ਕਰਨ ਦਾ ਤਰੀਕਾ ਕੀਮਤ ਕਹਿੰਦਾ ਇਹਦੀ ਕੀਮਤ ਇਹਦਾ ਮੁੱਲ ਇੱਕ ਚੀਜ਼ ਜ਼ਰੂਰ ਹੈ ਉਹ ਕਹਿੰਦਾ ਕੀ ਉਹ ਹੈ ਕਹਿੰਦਾ ਜੋਰ ਤਾਕਤ ਜਿਹਦੇ ਕੋਲ ਜੋਰ ਹੈ ਜਿਹਦੇ ਕੋਲ ਤਾਕਤ ਹੈ ਉਹਨੂੰ ਲੈ ਸਕਦਾ ਖੋ ਸਕਦਾ ਜਿਵੇਂ ਕੋਹੇਨੂਰ ਹੀਰੇ ਦੀ ਵੀ ਕੀਮਤ ਇੱਕ ਨਾਂ ਇੱਕ ਰੱਖੀ ਹੋਈ ਸੀ ਪਰ ਰੱਬ ਦੇ ਪਿਆਰਿਆਂ ਦੀ ਕੋਈ ਕੀਮਤ ਨਹੀਂ ਤਾਂ ਕਿ ਕੀਮਤ ਕਹੀ ਨਾ ਜਾਏ ਉਹਨਾਂ ਨੂੰ ਜ਼ੋਰ ਨਾਲ ਵੀ ਨਹੀਂ ਵਸ ਕੀਤਾ ਜਾ ਸਕਦਾ ਕੋਈ ਸਲੇਮ ਸ਼ਾ ਵਰਗਾ ਆਖੇ ਕੋਈ ਹੋਰ ਆਖੇ ਵੀ ਇਉਂ ਨੀਂ ਇਉਂ ਕਰ ਦਿੱਤੇ ਉਹ ਨਹੀਂ ਇਸ ਤਰੀਕੇ ਵੀ ਨਹੀਂ ਭਗਤ ਕਬੀਰ ਦੇ ਉੱਤੇ ਬੜਾ ਜ਼ੁਲਮ ਟਾਣਾ ਚਾਹਿਆ ਪਰ ਕੋਈ ਉਹਨਾਂ ਨੂੰ ਕੋਈ ਪ੍ਰਭਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਔਰੰਗਜੀਬ ਕਹਿੰਦਾ ਇੱਕ ਕਰਾਮਾਤ ਛੁਟੀ ਜੀ ਮੈਨੂੰ ਦਿਖਾ ਦਿਓ ਗੁਰੂ ਜੀ ਕਹਿੰਦੇ ਉਹ ਦਿਖਾਤੀਆਂ ਕਿੰਨੀਆਂ RAM ਰਾਜ ਨੇ ਤੈਨੂੰ ਉਹ ਜਿੰਨੀਆਂ ਰਾਮ ਰਾਏ ਨੇ ਦਿਖਾਈਆਂ ਨੇ ਉਹ ਸਮਝ ਲੈ ਸਮੁੰਦਰ ਚੋਂ ਇੱਕ ਕਣੀ ਉਹਦੇ ਕੋਲ ਐ ਸਮੁੰਦਰ ਚੋਂ ਇੱਕ ਕਣੀ ਦਾ مالک ਰਾਮ ਰਾਏ ਐ ਉਹ ਗੱਲ ਅੱਗੇ ਸਿੱਧ ਵੀ ਹੋਈ ਜਦੋਂ ਦਸਮ ਪਾਤਸ਼ਾਹ ਦੇ ਚਰਨੀ ਲੱਗਿਆ ਸੀ ਯਮਨਾ ਨਦੀ ਤੇ ਕਿਨਾਰੇ ਤੇ ਫਿਰ ਇੱਕ ਕਿਸ਼ਤੀ ਚ ਸਵਾਰ ਹੋਏ ਸਨ ਤੇ ਚਰਨੀ ਟਕਿਆ ਸੀ ਕਹਿੰਦਾ ਸੀ ਮੇਰੇ ਪਿੱਛੇ ਹੱਥ ਰੱਖਿਓ ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹਨੇ ਇੰਨਾ ਕੁਝ ਸਭ ਕੁਝ ਦਿਖਾ ਦਿੱਤਾ ਤੇ ਤੂੰ ਸਮਝ ਉਹ ਸਮੁੰਦਰ ਕਿੱਡਾ ਕੁ ਹੋਣਾ ਵਿਸ਼ਾਲ ਪਰ ਕਹਿੰਦਾ ਦਿਖਾ ਦੇ ਦਿਖਾ ਦਿਓ ਮਹਾਰਾਜ ਕਹਿੰਦੇ ਤੇਰੇ ਕਹੇ ਤੇ ਨਹੀਂ ਸਮੁੰਦਰ ਕਾਦਾ ਹੋਇਆ ਜਿਹੜਾ ਕਹੇ ਕਿਸੇ ਦੇ ਕਹੇ ਤੇ ਉੱਛਲ ਜਾਏ ਸਮੁੰਦ ਸਾ ਸੁਲਤਾਨ ਹੈ ਆਪਣੀ ਰਜਾ ਦਾ ਮਾਲਕ ਹੈ ਕੋਈ ਕੀਮਤ ਨਹੀਂ ਪਾ ਸਕਦਾ ਨਾ ਕੋਈ ਜੋਰ ਆਪਣੀ ਮਰਜ਼ੀ ਵਿੱਚ ਹਾਂ ਜਿੱਧਰ ਰਾਜਾ ਉਧਰ ਚੱਲਦਾ। ਇਸੇ ਤਰੀਕੇ ਜਿਹੜੇ ਉਹਦੇ ਪਿਆਰੇ ਨਹੀਂ ਜਾਂ ਉਹਦੇ ਸ਼ੇਵਕ ਨਹੀਂ। ਅੱਜ ਦਾ ਜ਼ਮਾਨਾ ਸਮਾਂ ਕੁਝ ਹੋਰ ਥੋੜਾ ਜਿਹਾ ਹੋ ਗਿਆ। ਇਹ ਆਉਂਦੇ ਰਹਿੰਦੇ ਸਮੇਂ ਇਦਾਂ। ਪਰ ਇਹ ਸਮੇਂ ਉਹਨਾਂ ਦੀ ਚਾਲ ਨਹੀਂ ਚੱਲ ਸਕਦੇ, ਉਹਨਾਂ ਦੇ ਅੱਗੇ ਠਹਿਰ ਨਹੀਂ ਸਕਦੇ ਹੁੰਦੇ। ਚੱਲਦਾ ਰਹਿੰਦਾ ਕਿ ਨਿੰਦਕ, ਨਿੰਦਿਆ ਕਰਨ ਵਾਲੇ, ਨਾਸਤਿਕ ਜੇ ਕਈ ਹੋਰ ਲਾਲਚੀ ਜੇ ਲੋਕ ਆਪਣੇ ਨਾਲ ਜੋੜਨ ਵਾਲੇ ਚਤੁਰ ਜੇ ਲੋਕ ਚਲਾਖ ਜੇ ਲੋਕ ਬਹੁਤ ਆਉਂਦੇ ਆ ਕਈ ਵਾਰੀ ਆਉਂਦੇ ਆ ਸਮੇਂ ਉਹਨਾਂ ਨੂੰ ਬਹੁਤ ਸਾਰੇ ਟੱਕਰਦੇ ਆ ਪਰ ਉਹ ਅਹਿੱਲਾ ਉਹ ਬੇਪਰਵਾਹ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ پاک સ્વાਮੀ ਉਹਨਾਂ ਦੇ ਪੱਖ ਚ ਰੱਬ ਖੜਾ ਹੁੰਦਾ ਹੈ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਦੀ ਪ੍ਰਵਾਹ ਨਹੀਂ ਕੋਈ ਹੁੰਦੀ ਕਿਉਂਕਿ ਉਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹਨਾਂ ਨੂੰ ਤੋਲਿਆ ਨਹੀਂ ਜਾ ਸਕਦਾ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜੇ ਉਹਦੇ ਸੇਵਕ ਬਣ ਜਾਂਦੇ ਉਹਨਾਂ ਦੀ ਕੀਮਤ ਵੀ ਨਹੀਂ ਪੈ ਸਕਦੀ ਕਿੱਡੀ ਵੱਡੀ ਗੱਲ ਆਖੀ ਹੈ ਮਹਾਰਾਜ ਨੇ ਕਰ ਕਿਰਪਾ ਪੂਰਨ ਸੁਖ ਦਾਤੇ ਕਰ ਕਿਰਪਾ ਪੂਰਨ ਸੁਖ ਦਾਤੇ ਹੁਣ ਅਰ ਰਹਾਉ ਵਾਲੀ ਪੰਕਤੀ ਚ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਵਾਹਿਗੁਰੂ ਮੇਰੇ ਤੇ ਵੀ ਕਿਰਪਾ ਕਰ ਜਿਹੜੇ ਤੇਰੇ ਪਿਆਰੇ ਤੇਰੇ ਹੋ ਗਏ ਜਿਨ੍ਹਾਂ ਤੇ ਤੂੰ ਇੰਨੀ ਬਖਸ਼ਿਸ਼ ਕਰ ਦਿੱਤੀ ਤੇਰੇ ਬਣ ਗਏ ਉਹਨਾਂ ਦੀ ਕੀਮਤ ਕੋਈ ਨਹੀਂ ਕਰ ਕਿਰਪਾ ਕਰ ਕਿਰਪਾ ਪੂਰਨ ਸੁਖ ਦਾਤੇ ਹੈ ਪੂਰਨ ਸੁੱਖਾਂ ਦੇ ਦਾਤੇ ਵਾਹਿਗੁਰੂ ਹੈ ਪ੍ਰਮਾਤਮਾ ਹੈ ਰੱਬ ਮੇਰੇ ਤੇ ਵੀ ਕਿਰਪਾ ਕਰ ਦੇ ਕਿਤੇ ਮੇਰੇ ਤੇ ਵੀ ਤਰਸ ਕਰ। ਇਹੋ ਨਹੀਂ ਇਹ ਤਾਂ ਅੱਜਕੱਲ ਤੇ ਕੰਮ ਕੀ ਹੋ ਰਿਹਾ ਗਿੱਦੜ ਦਾਖ ਨਾ ਪੜਾ ਖੈਥੂ ਕੌੜੀ ਵਾਲੀ ਗੱਲ ਐ। ਕਿ ਚਲੋ ਜੀ ਉਹ ਗੱਲ ਨਹੀਂ ਹੈ ਆਪਣੀ ਚਲੋ ਨਿੰਦੇ ਹੀ ਕਰ ਦੋ। ਭਾਈ ਗੁਰਦਾਸ ਨੇ ਬਹੁਤ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਕੋਈ ਤੁਰੇ ਜਾਂਦੇ ਸਨ। ਤੇ ਲੂੰਬੜੀ ਤੁਰ ਹੀ ਜਾਂਦੀ ਸੀ ਜਾਂਦੀ ਜਾਂਦੀ ਜੰਗਲ ਵਿੱਚ ਉੱਤੇ ਦੇਖਿਆ ਲੂੰਬੜੀ ਨੇ। ਬੜੇ ਸੋਨੇਂ ਅੰਗੂਰ ਲੱਗਿਆ ਭਾਈ ਗੁਰਦਾਸ ਦੀਆਂ ਵਾਰਾਂ ਚ ਉਦਾਹਰਨ ਦਿੱਤੀ ਹੈ ਜਣੀ ਉਦਾਂ ਨਹੀਂ ਕਹਾਣੀ ਨਹੀਂ ਇਹ ਇਕੱਲੀ ਹੈ ਲੋਕਿਕ ਪ੍ਰਮਾਨ ਹੈ ਪਰ ਭਾਈ ਗੁਰਦਾਸ ਜੀ ਨੇ ਵਰਤਿਆ ਲੂੰਬੜੀ ਤੁਰੀ ਜਾਂਦੀ ਉਹਨੇ ਵੇਖੇ ਬੜੇ ਵਧੀਆ ਉੱਤੇ ਅੰਗੂਰ ਲਟਕਦੇ ਆ ਛਾਲ ਮਾਰੀ ਲੂੰਬੜੀ ਨੇ ਪਹੁੰਚ ਨਾ ਸਕੇ ਪਿੱਛੇ ਹਟ ਕੇ ਫੇਰ ਛਾਲ ਮਾਰੀ ਲੂੰਬੜੀ ਨੇ ਫੇਰ ਵੀ ਨਾ ਪਹੁੰਚੀ ਆਖਰ ਜਿੰਨਾਕ ਤਾਨਸੀ ਲੂੰਬੜੀ ਨੇ ਜੋਰ ਲਾ ਲੂਕੇ ਆਨ ਦਮ ਤੜਾ ਕੇ ਤੇ ਥੱਲੇ ਪੈ ਗਈ ਪਹੁੰਚੇ ਨਹੀਂ ਸਕੀ ਤੇ ਆਖਰ ਨੂੰ ਬੈਠੀ ਥੱਕੀ ਤੇ ਉਧਰੋਂ ਕਿਤੇ ਗਿੱਦੜਾ ਆ ਗੇ ਗਿੱਦੜਾਂ ਦੇ ਵੀ ਨਜ਼ਰੀ ਪੈ ਗਈ ਉਹ ਤੇ ਉੱਤੇ ਅੰਗੂਰ ਕਹਿੰਦੇ ਮਾਸੀ ਅੰਗੂਰ ਕਿੰਨੇ ਲੱਗੇ ਆ ਖਾਦੇ ਨਹੀਂ ਹੁਣ ਲੂੰਬੜੀ ਕਿੱਥੇ ਮੰਦੀ ਐ ਵੀ ਮੇਰੀ ਕਮੀ ਸੀ ਮੇਰੇ ਤੋਂ ਪਹੁੰਚ ਨਹੀਂ ਹੋਇਆ ਭਾਈ ਗੁਰਦਾਸ ਜੀ ਕਹਿੰਦੇ ਗਿੱਦੜ ਦਾਖ ਨਾ ਪੜ ਆਖੇ ਥੂ ਕੌੜੀ ਗਿੱਦੜਾ ਨੂੰ ਕਹਿੰਦੀ ਪਹੁੰਚ ਤੇ ਸਕੀ ਨਹੀਂ ਉਹ ਕਹਿੰਦੀ ਥੂ ਜਾਉ ਪਰੇ ਕੌੜੇ ਪਏ ਐ ਮੈਂ ਨਹੀਂ ਖਾਣੇ ਭਾਈ ਗੁਰਦਾਸ ਜੀ ਨੇ ਇੱਥੇ ਵੀ ਨਹੀਂ ਗੱਲ ਛੱਡੀ ਅੱਗੇ ਇੱਕ ਹੋਰ ਉਦਾਹਰਨ ਦੇ ਦਿੱਤੀ ਕਹਿੰਦੇ ਕੋਈ ਹਾਂਸੁੱਡੇ ਜਾਂਦੇ ਸੀ ਹਾਂਸੁੱਡੇ ਜਾਂਦੇ ਸੀ ਤੇ ਟਟਰੀਆਂ ਦਾ ਝੁੰਡ ਸੀ ਉਹਨਾਂ ਵਿੱਚ ਇੱਕ ਟਟਹੀਰੀ ਨੇ ਪੁੱਤੇ ਨੂੰ ਮਾਰੀ ਨਿਗਾ ਕਹਿੰਦੀ ਹੰਸ ਉੱਡੇ ਜਾਂਦੇ ਆ ਅਬ ਦੇ ਨਾਲ ਦੀਆਂ ਨੂੰ ਕਹਿੰਦੀ ਮੈਂ ਵੀ ਇਹਨਾਂ ਦੇ ਨਾਲ ਉੱਡਣਾ ਹੈ ਉਹਦੀ ਤਜਰਬੇਕਾਰ ਜਿਹੜੀਆਂ ਸਾਥਣਾ ਸੀ ਉਹ ਕਹਿਣ ਲੱਗੀਆਂ ਉਹ ਹੰਸਾਂ ਨਾਲ ਟਟਰੀਆਂ ਦਾ ਕੀ ਜੋੜ ਕੀ ਮੇਲ ਆਪਣੇ ਵਸ ਦੀ ਗੱਲ ਨਹੀਂ ਉਹ ਕਿੱਥੇ ਮੰਨਣ ਵਾਲੀ ਕਹਿੰਦੀ ਲੈ ਗੱਲ ਉਹਨਾਂ ਦੇ ਵੀ ਦੋ ਪੈਰ ਆਪਣੇ ਵੀ ਦੋ ਪੈਰ ਉਹਨਾਂ ਦੇ ਵੀ ਦੋ ਖੰਭ ਆਪਣੇ ਵੀ ਦੋ ਉਹਨਾਂ ਦੇ ਵੀ ਦੋ ਅੱਖਾਂ ਆਪਣੇ ਵੀ ਸਗੋਂ ਵੱਡੇ ਉਹਨਾਂ ਦਾ ਵਜ਼ਨ ਜ਼ਿਆਦਾ ਮੇਰਾ ਵਜ਼ਨ ਵੀ ਘੱਟ ਹੈ ਕਿਉਂ ਨਹੀਂ ਉੱਡ ਸਕਦੀਆਂ ਮੈਂ ਤਾਂ ਉੱਡੂੰਗੀ ਉਹਨਾਂ ਬਥੇਰਾ ਸਮਝਾਇਆ ਪਰ ਉਹ ਕਿੱਥੇ ਮੰਨੇ ਨਾ ਉੱਡਲੀ ਨਾਲ ਹੰਸਾਂ ਦੇ ਹੁਣ ਟਟਿਰੀ ਦਾ ਕੰਮ ਕੀ ਹੁੰਦਾ ਇੱਕ ਕੀਲੇ ਤੋਂ ਉੱਡ ਕੇ ਦੂਜੀ ਵੱਟ ਤੇ ਚਲੇ ਜਾ ਮਹਿ ਜਾਣਾ ਉੱਥੇ ਟਿਚਕੂ ਟਿਚਕੂ ਜੇ ਕਰਦੇ ਉੱਥੋਂ ਉੱਡਣਾ ਫੇਰ ਦੂਜੀ ਤੇ ਬਹਿ ਜਾਣਾ ਹੰਸ ਦੀ ਜਿਹੜੀ ਉਡਾਰੀ ਹੈ ਮੀਲਾਂ ਤੱਕ ਹੁੰਦੀ ਹੈ ਟਟਰੀ ਕਿਲਾ ਤੇ ਗਈ ਟਰੀਰੀ ਦਾ ਦਮਜਾ ਚੜ ਗਿਆ ਔਖੀ ਸੌਖੀ ਦੋ ਕੀਲੇ ਟੱਪ ਕੇ ਆਖਰ ਚਾਰ ਕੀਲੇ ਤਾਂ ਟੱਪ ਨਾ ਸਕੀ ਹੰਸਾਂ ਦੇ ਨਾਲੋਂ ਉਤੋਂ ਲੂਟਣੀਆਂ ਖਾਂਦੀ ਤੇ ਥੱਲੇ ਡਿੱਗੀ ਇਤਨੇ ਨੂੰ ਨਾਲ ਦੀਆਂ ਟਟਰੀਆਂ ਵੀ ਆ ਗਈਆਂ ਛਾਲਾ ਛੁਲਾ ਮਾਰਦੀਆਂ ਉਹਨਾਂ ਨੇ ਦੇਖਿਆ ਵੀ ਨਾਲ ਦੀ ਸਾਥਨ ਡਿੱਗੀ ਪਈ ਹੈ ਉਹਨਾਂ ਨੂੰ ਦੇਖ ਕੇ ਖੜੀ ਜੀ ਹੋ ਗਈ ਟੋਰ ਨਾਲ ਬੈਠ ਜਗੇ ਉਹਨਾਂ ਪੁੱਛਿਆ ਗਈ ਨਹੀਂ ਨਾਲ ਉੱਡੀ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਐਉਂ ਨਹੀਂ ਮੰਨੀ ਮੇਰੇ ਤੋਂ ਡਿਆ ਨਹੀਂ ਗਿਆ ਕਹਿੰਦੀ ਲੈ ਐਵੇਂ ਕਮਲਿਆ ਵਾਂਗ ਉੱਡੀ ਜਾਣਾ ਹੁੰਦਾ ਬੈਠਣਾ ਵੀ ਚਾਹੀਦਾ ਬੰਦੇ ਨੂੰ ਆਰਾਮ ਵੀ ਕਰਨਾ ਚਾਹੀਦਾ ਭਾਈ ਗੁਰਦਾਸ ਜੀ ਨੇ ਉਦਾਹਰਨ ਲਾ ਦਿੱਤੀ ਕਹਿੰਦੇ ਹੰਸਾ ਨਾਲ ਟਟਿਰੀ ਕਿਉਂ ਪਹੁੰਚਿਆ ਦੌੜੀ ਇੱਕ ਉਦਾਹਰਨ ਉਹਨਾਂ ਹੋਰ ਦੇ ਦਿੱਤੀ ਇੱਕ ਵਿਆਹ ਸੀ ਕਿਤੇ ਵਿਆਹਾਂ ਦੇ ਵਿੱਚ ਬੀਬੀਆਂ ਮਾਈਆਂ ਇਕੱਠੀਆਂ ਹੁੰਦੀਆਂ ਨੇ ਇਕੱਠੀਆਂ ਹੋ ਕੇ ਨੱਚਣ-ਨੱਚਣ ਲੱਗ ਪਈਆਂ ਤੇ ਇੱਕ ਉਹਨਾਂ ਦੇ ਵਿੱਚੋਂ ਆਈ ਹੋਈ ਬੀਬੀ ਤੇ ਕਦੇ ਕਿਸੇ ਨੂੰ ਕਹੇ ਤੂੰ ਨੱਚ ਨਹੀਂ ਫਲਾਨੀ ਐ ਤੂੰ ਨੱਚ ਨਹੀਂ ਫਲਾਨੀ ਜਿਹੜੀ ਨੱਚਿਆ ਕਰੇ ਉਹਦੀਆਂ ਨਗੋਚਾਂ ਕੱਢਿਆ ਕਰਦੇ ਇੰਨੋਂ ਨਹੀਂ ਹੁੰਦਾ ਨੱਚਣਾ ਤੂੰ ਤਾਂ ਪੇੜਾ ਵੜਾ ਨੱਚਦੀ ਐ ਸਾਰਿਆਂ ਨੂੰ ਬਾਂ ਫੜ ਕੇ ਨਚਾਈ ਜਾਏ ਤੇ ਸਾਰਿਆਂ ਦੀ ਬੇਇੱਜ਼ਤੀ ਜੀ ਕਰੀ ਜਾਏ ਫਿਰ ਆਖਰ ਸਾਰਿਆਂ ਨੇ ਦੇਖਿਆ ਵੀ ਇਹ ਇਹਨੂੰ ਬੜਾ ਸਾਰਿਆਂ ਤੇ ਕਰਦੀ ਆ ਕਟਾਕਸ਼ ਜਿਹਾ ਲਾਓ ਇਹਨੂੰ ਫੜ ਕੇ ਨਚਾਈਏ ਦੇਖੀ ਤਾਂ ਕਿੰਦਾ ਨੱਚਦੀ ਆ ਇਹ ਉਹਨੂੰ ਕਹਿੰਦੀ ਆ ਕਹਿੰਦੀ ਆ ਲੈ ਹੁਣ ਤੂੰ ਨੱਚ ਪੈਣੇ ਹੈ ਤਾਂ ਖਾਲੀ ਸੀ ਕਹਿੰਦੀ ਨੱਚ ਤੇ ਮੈਂ ਲੈਣਾ ਸੀ ਪਰ ਕਰਾਂ ਕੀ ਮੇਰੇ ਲਈ ਇਹ ਥਾਂ ਬੜੀ ਘਟਾ ਉਹਨਾਂ ਫੜ ਕੇ ਬੜੀ ਛਤਰੋਲ ਕੀਤੀ ਕਹਿੰਦੇ ਸਾਰੀਆਂ ਨੱਚਲੀਆਂ ਤੇ ਤੂੰ ਇੱਥੇ ਤੇਰੇ ਲਈ ਹੁਣ ਕੰਧ ਢਾ ਲਈਏ ਇਹ ਨੱਚ ਇੱਥੇ ਭਾਈ ਗੁਰਦਾਸ ਜੀ ਨੇ ਉਦਾਹਰਨ ਦੇ ਦਿੱਤੀ ਕਹਿੰਦੇ ਨੱਚਣ ਨੱਚ ਨਾ ਜਾਣੀ ਆਖੇ ਭੂਏ ਸੌੜੀ ਹੋਰ ਉਹਨਾਂ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਕਹਿੰਦੇ ਸਾਵਣ ਵਣ ਹਰੀ ਆਵਲੇ ਅੱਕ ਜੰਮੈ ਔੜੀ ਆਹਾਹਾ ਏਸੇ ਤਰੀਕੇ ਬੋਲੇ ਅੱਗੇ ਗਾਵੀਏ ਪੈਰੋਂ ਕੇ ਗੌੜੀ ਇਹ ਉਦਾਹਰਨਾਂ ਦੇ ਕੇ ਆਖਿਆ ਸਮਝਾਇਆ ਕਿ ਕਹਿੰਦੇ ਵੀ ਜਿਹੜਾ ਮਨਮੁਖ ਹੈ ਨਾ ਜਿਹੜੇ 'ਚ ਕੋਈ ਗੁਣ ਨਹੀਂ ਉਹਦੀ ਆਦਤ ਭਾਵੇਂ ਕਿੰਨੀ ਮਰਜ਼ੀ ਬਣ ਜਾਏ ਦੂਜਿਆਂ ਨੂੰ ਨਿੰਦਣ ਦੀ ਜੇ ਕੁਝ ਆਪ ਨਹੀਂ ਨਾ ਕੁਝ ਕਰ ਸਕਦਾ ਫਿਰ ਉਹਦੀ ਆਦਤ ਇਹ ਬਣ ਜਾਂਦੀ ਵੀ ਦੂਜੇ ਦੀ ਨਿੰਦਿਆ ਕਰਦੇ ਨੇ ਅੱਜ ਮਾਹੌਲ ਇਤਾਂ ਦਾ ਹੈ ਕਈ ਸਾਡੇ ਬੰਦੇ ਚੱਲੇ ਵੀ ਹੋਣਗੇ ਇਹ ਗੱਲ ਨਹੀਂ ਕਿ ਉਹ ਜਦੋਂ ਚੱਲੇ ਸੀ ਉਹ ਗਲਤ ਰਾਹ ਤੇ ਸੀ ਪਰ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਬੰਦਾ ਭਟਕ ਨਹੀਂ ਸਕਦਾ ਬਥੇਰੇ ਤੁਹਾਨੂੰ ਬੰਦੇ ਮਿਲਣਗੇ ਮੈਂ ਤੇ ਸੁਣਦਾ ਇਹ ਜੇ ਸਾਡੇ ਹੁਣ ਪ੍ਰਚਾਰ ਇਦਾਂ ਦਾ ਹੋ ਗਿਆ ਉਹ ਉਹਨਾਂ ਦੀ ਜਦੋਂ ਕੋਈ ਸਿਮਰਨ ਦੇ ਨਾਲ ਸੁਰਤ ਨਹੀਂ ਜੁੜਦੀ ਉਹ ਕਹਿੰਦੇ ਕੁਝ ਨਹੀਂ ਆ ਸੁਰਤ ਸਿਮਰਨ ਕਰਨ ਦਾ ਫਾਇਦਾ ਉਹ ਜੇ ਉਹਨਾਂ ਦੋ ਚਾਰ ਮਹੀਨੇ 6 ਮਹੀਨੇ ਇਸ਼ਨਾਨ ਕਰ ਲਿਆ ਉੱਠ ਕੇ ਕੇਸੀ ਇਸ਼ਨਾਨ ਕਰ ਲਿਆ ਵੈਸੇ ਤਾਂ ਮੇਰਾ ਯਕੀਨ ਹੈ ਕੀਤਾ ਨਹੀਂ ਹੋਣਾ ਉਹਨਾਂ ਨੇ ਕਿਉਂਕਿ ਡਾਕਟਰ ਭਾਈ ਵੀਰ ਸਿੰਘ ਇੱਕ ਥਾਂ ਲਿਖਦੇ ਐ ਵੀ ਜੇਕਰ ਕਿਤੇ 6 ਕੁ ਮਹੀਨੇ ਸਿਮਰਨ ਤਸੱਲੀ ਨਾਲ ਕਰ ਲਿਆ ਜਾਏ ਤੇ ਖੈਰ ਜ਼ਰੂਰ ਪੈਂਦੀ ਆ ਰੰਗ ਲੱਗ ਜਾਂਦਾ ਰਸ ਆਉਣ ਲੱਗ ਜਾਂਦਾ ਤੇ ਜਿਸ ਨੂੰ ਨਾਮ ਚ ਇੱਕ ਦਿਨ ਵੀ ਰਸ ਆ ਗਿਆ ਇੱਕ ਦਿਨ ਇੱਕ ਦਿਨ ਵੀ ਸੁਣ ਲਿਆ ਤਿਆਰ ਨਾਲ ਉਹ ਮੁੜ ਕੇ ਉਹ ਰਸ ਨੂੰ ਛੱਡ ਨਹੀਂ ਸਕਦਾ ਜੋ ਮਰਜੀ ਕਰ ਲਿਆ ਮਹਾਪੁਰਸ਼ੀ ਬਾਬਾ ਨੰਦ ਸਿੰਘ ਜੀ ਉਹਨਾਂ ਦੇ ਜੀਵਨ ਦੀ ਕਬੜੀ ਉਹਨਾਂ ਦੇ ਇੱਕ ਪ੍ਰੇਮੀ ਸੀ ਉਹ ਹਾਕੀ ਮਹਾਪੁਰਸ਼ਾਂ ਨੂੰ ਕਹਿਣ ਲੱਗਾ ਜੀ ਕਹਿੰਦਾ ਹੁਣ ਪਹਿਲਾਂ ਬੜਾ ਭਜਨ ਵੀ ਕੀਤਾ ਸਿਮਰਨ ਵੀ ਕੀਤਾ ਬੜਾ ਆਨੰਦ ਬਣਦਾ ਸੀ ਹੁਣ ਕਾਫੀ ਟਾਈਮ ਹੋ ਗਿਆ ਗੱਲ ਜੀ ਬਣ ਨਹੀਂ ਰਹੀ ਉੱਠਿਆ ਨਹੀਂ ਜਾਂਦਾ ਹੋਂ ਨਹੀਂ ਬਾਣੀ ਨਹੀਂ ਪੜੀ ਜਾਂਦੀ ਉਹਨਾਂ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਕਹਿੰਦੇ ਬਈ ਸਿੰਘਾ ਦੋ ਗੱਲਾਂ ਹੁੰਦੀਆਂ ਨੇ ਇੱਕ ਹੁੰਦਾ ਅੱਕਣਾ ਇੱਕ ਹੁੰਦਾ ਥੱਕਣਾ ਇਹ ਦੇਖ ਥੱਕਿਆਂ ਜਾਂ ਅੱਕ ਗਿਆ ਥੱਕੇ ਹੋਏ ਬੰਦੇ ਕਈ ਵਾਰੀ ਅਕਸਰ ਅਭਿਆਸ ਵਿੱਚ ਅਭਿਆਸੀ ਥੱਕ ਜਾਂਦੇ ਆ ਬਹੁਤ ਸਾਰੇ ਵਿਅਸੀ ਥੱਕੇ ਹੋਏ ਮਿਲਣਗੇ ਥੋੜੀ ਜੀ ਬਾਣੀ ਪੜੀ ਹੁੰਦੀ ਸਿਮਰਨ ਵੀ ਕੀਤਾ ਹੁੰਦਾ ਕਈ ਵਾਰ ਗੱਲ ਨਹੀਂ ਬਣਦੀ ਥੋੜੇ ਜੀ ਥੱਕ ਜਾਂਦੇ ਆ ਪਰ ਥੱਕੇ ਹੋਏ ਬੰਦੇ ਨੂੰ ਆਰਾਮ ਮਿਲ ਜਾਏ ਰੈਸਟ ਮਿਲ ਜਾਏ ਫੇਰ ਉਹ ਲੱਗਦਾ ਪਰ ਇੱਕ ਹੁੰਦੇ ਅੱਕੇ ਹੋਏ ਅੱਕੇ ਹੋਏ ਬੰਦੇ ਨਹੀਂ ਫਿਰ ਲੱਗਦੇ ਜੋ ਮਰਜ਼ੀ ਕਰ ਲੋ ਕਿ ਹੋਏ ਬੰਦੇ ਤੁਹਾਨੂੰ ਬੜੇ ਮਿਲਣਗੇ ਇੱਥੇ ਹੁਣ ਬਹੁਤ ਮਿਲਦੇ ਮੈਂ ਦੇਖਦਾ ਉਹ ਫਿਰ ਦੂਜਿਆਂ ਤੇ ਕਟਾਕਸ਼ ਕਰਨਗਾ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੋਈ ਫਾਇਦਾ ਨਹੀਂ ਆ ਬਾਣੀ ਸੁਣਨ ਦਾ ਕੋਈ ਫਾਇਦਾ ਨਹੀਂ ਆ ਤੁਸੀਂ ਬੈਠੇ ਇਹਦਾ ਕੋਈ ਫਾਇਦਾ ਨਹੀਂ ਇਹ ਸਾਰਾ ਕੁਝ ਜੋਗਮਤ ਵਿੱਚ ਬਾੜ ਦਿੱਤਾ ਉਹਨਾਂ ਨੂੰ ਪੁੱਛਿਆ ਵੀ ਤੂੰ ਜੋਗਮਤ ਪੜਿਆ ਤੈਨੂੰ ਪਤਾ ਜੋਗਮਤ ਕੀ ਹੁੰਦਾ ਜੋਗ ਦੇ ਅਰਥ ਪੜ੍ਹੀ ਤੂੰ ਫਿਰ ਕੋਸ਼ਾਂ ਚ ਪੜ੍ਹੀ ਯੋਗੀ ਕੀ ਹੁੰਦਾ ਜੈਸਾ ਜੋਗੀ ਗੁਰੂ ਨਾਨਕ ਨੇ ਬਣਾਇਆ ਇਹਾ ਜਾ ਜੋਗੀ ਨਾ ਗੋਰਖ ਬਣਾ ਸਕਿਆ ਨਾ ਪਰਥਰੀ ਬਣਾ ਸਕਿਆ ਕੀ ਸਮਝਦੇ ਤੁਸੀਂ ਜੋਗੀ ਜੋਗੀ ਕਹਿ ਕੇ ਭੰਟੀ ਜਾਂਦੇ ਜੋ ਕਿੰਕਰੀ ਅਨੂਪ ਵਾਜਾ ਜੋਗੀ ਆ ਮਤਵਾਰੋ ਰੇ ਜੋ ਕਿੰਕਰੀ ਗੁਰੂ ਨਾਨਕ ਨੇ ਫੜਾ ਦਿੱਤੀ ਜੋ ਗੁਰੂ ਨਾਨਕ ਦਾ ਜੋਗੀ ਹੈ ਮੰਦਾ ਸੰਤੋਖ ਦੀਆਂ ਗੁਰੂ ਨਾਨਕ ਨੇ ਪਵਾ ਦਿੱਤੀਆਂ ਉਹ ਦੁਨੀਆ ਦੇ ਕਿਸੇ ਜੋਗੀ ਕੋਲ ਨਹੀਂ ਤੇ ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਨਹੀਂ ਆ ਉਹ ਕੀ ਕਰਦੇ ਸਾਧ ਸੰਗਤ ਜੀ ਉਹ ਫਿਰ ਨਿੰਦਿਆ ਤੇ ਉੱਤਰੇ ਹੁੰਦੇ ਆ। ਉਹ ਤੋਂ ਵੀ ਬਚਣਾ ਹੁੰਦਾ ਸੀ। ਇੱਕ ਹੁੰਦਾ ਸੀ ਉਹਨਾਂ ਦੇ ਨਾਲ ਨਿੰਦਿਆ ਕਰਨ ਲੱਗ ਜਾਈਏ ਸਾਡੀ એનર્ਜੀ ਖਰਾਬ ਹੋਊਗੀ। ਨਿੰਦਕ ਨੇ ਆਖਰ ਟੁੱਟਣਾ ਹੀ ਡਿੱਗਣਾ ਹੀ ਹੁੰਦਾ ਜਿੰਨਾ ਮਰਜੀ ਉਸ ਮਾਨ ਟੁੱਟ ਜਾਏ। ਆਖਰ ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰੂ ਉਹਨੇ ਖਤਮ ਹੋ ਜਾਣਾ ਹੁੰਦਾ। ਉਹਦੀ ਜੜ ਵੱਡੀ ਜਾਂਦੀ ਹੈ ਜੋ ਮਰਜੀ ਕਰ ਲੋ। ਇਹ ਵਰਤੱਖ ਗੱਲਾਂ ਨੇ ਇਹ ਐਵੇਂ ਨਹੀਂ ਆ ਗੁਰਬਾਣੀ ਚ ਕੱਲ ਮੈਂ ਸਹਿਜ ਪਾਠ ਕਰ ਰਿਹਾ ਸੀ ਸ਼ਾਮੀ ਉਹਦੇ ਵਿੱਚੋਂ ਸਾਰੀ ਮੇਰੇ ਧਿਆਨ ਇੱਕ ਫੁਰਨਾ ਸੀ ਮਨ ਵਿੱਚ ਵੀ ਕਿਵੇਂ ਕਿਵੇਂ ਗੱਲ ਬਣਦੀ ਆ ਉਹ ਸਾਰਾ ਉਹਦੇ ਵਿੱਚ ਆ ਗਿਆ ਵੀ ਇਉਂ ਹੁੰਦਾ ਇਉਂ ਨਿੰਦਿਆ ਕਰਨ ਵਾਲੇ ਨਾਲ ਇਉਂ ਹੁੰਦਾ ਇਉਂ ਹੁੰਦਾ ਐਦਾਂ ਸਾਰਾ ਉਹਦੇ ਵਿੱਚ ਆਇਆ ਤਾਂ ਮਹਾਰਾਜ ਜੀ ਸਮਝਾ ਰਹੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਗੁਰਮਖੋ ਆਪਣੇ ਸੇਵਕ ਕੋ ਲਏ ਪ੍ਰਭ ਲਾਏ ਤਾਂ ਕਿ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਹੈ ਵਾਹੀ ਗੁਰੂ ਮੇਰੇ ਤੇ ਕਿਰਪਾ ਕਰੀ ਮੈਂ ਉਹਨਾਂ ਚ ਨਾ ਰਲ ਜਾਵਾਂ ਦੁਸ਼ਟ ਚੌਂਕੜੀ ਚੋਂ ਜੁੰਡਲੀ ਚ ਨਾ ਬੈਠਣ ਲੱਗ ਜਾਵਾਂ ਅੱਕੇ ਹੋਿਆਂ ਦੀ ਸੰਗਤ ਨਾ ਹੋ ਜਾਏ ਕਿਤੇ ਮੇਰੇ ਤੇ ਕਿਰਪਾ ਕਰੀ ਕਿ ਤੁਮਰੀ ਕਿਰਪਾ ਤੇ ਤੂੰ ਚਿੱਤਿ ਆਵੈ ਤੂੰ ਕਿਰਪਾ ਕਰੇ ਤਾਂ ਤੂੰ ਚੇਤੇ ਆਉਣਾ ਤੂੰ ਯਾਦ ਵਿੱਚ ਵਸਣਾ ਉਮਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਿਰ ਤੇਰਾ ਰੰਗ ਰਾਤੇ ਭੰਟਾ ਕੋਈ ਅੱਧਾ ਘੰਟਾ ਕੋਈ ਉਹ ਤੇ ਕਹਿੰਦੇ ਅੱਠੇ ਪਹਿਰ ਤੇਰੇ ਰੰਗ ਚ ਰੰਗੇ ਰਹਿੰਦੇ ਆ ਹਰ ਸਾਹ ਇਹ ਤੇ ਇਹ ਨਾਸਤਿਕਾਂ ਦੇ ਹੱਥ ਹੁਣ ਧਰਮ ਬਲਵੱਧੇ ਜਾਂਦੇ ਆ ਉਹ ਕਹਿੰਦੇ ਪੰਜ ਬਾਣੀਆਂ ਨਿਤਨੇਮ ਦੀਆਂ ਜ਼ਿਆਦਾ ਨਹੀਂ ਬੰਦੇ ਕੋਲ ਟਾਈਮ ਨਹੀਂ ਤਿੰਨ ਕਰ ਦਿਓ ਤਿੰਨ ਤੋਂ ਵੀ ਥੱਲੇ ਕਈ ਕਹਿੰਦੇ ਵੀ ਪੜੋ ਭਾਵੇਂ ਨਾ ਪੜੋ ਕੋਈ ਗੱਲ ਨਹੀਂ ਇਹਦੇ ਵਿੱਚ ਕਈ ਵਾਰੀ ਵਿਜੀ ਹੁੰਦਾ ਬੰਦਾ ਬੜਾ ਟਾਈਮ ਕਰਦਾ ਕੀ ਐ ਤੂੰ ਇਹਾ ਜਾਂ ਸਾਰਾ ਦਿਨ ਬਾਣੀ ਗੰਠ ਕਰ ਲੈ ਪੰਜ ਬਾਣੀਆਂ ਮੂੰਝ ਵਣੀ ਯਾਦ ਕਰ ਲੈ ਜੇ ਤੂੰ ਇੰਨਾ ਹੀ ਵਿਜੀ ਐ ਟਾਈਮ ਤੇ ਦੇਣਾ ਪੈਣਾ ਤੁਰਦਾ ਫਿਰਦਾ ਕਰ ਲੈ ਗੁਰੂ ਕਾ ਸਿੱਖ ਇਹ ਨਹੀਂ ਵੀ ਘਟਾ ਦੋ ਘਟਾ ਦੋ ਘਟਾ ਦੋ ਘਟਾ ਦੋ ਨਾ ਗੁਰੂ ਕਾ ਸਿੱਖ ਤੇ ਇਹ ਅਰਦਾਸ ਕਰਦਾ ਕਰ ਕਿਰਪਾ ਪੂਰਨ ਸੁਖ ਦਾਤੇ ਵਾਹਿਗੁਰੂ ਮੇਰੇ ਤੇ ਕਿਰਪਾ ਕਰੀ ਕੀ ਤੁਮਰੀ ਕਿਰਪਾ ਤੇ ਤੂ ਚਿੱਤੇ ਆਵਹਿ ਆਠ ਪਹਿਰ ਤੇਰਾ ਰੰਗ ਰਾਤੇ ਮੈਂ ਅਠੇ ਪਹਿਰ ਤੇਰੀ ਰੰਗ ਚ ਰੰਗਿਆ ਰਮਾ ਆਹ ਬੇਨਤੀ ਕਰਦਾ ਗੁਰੂ ਕਾ ਸਿੱਖ ਇਹ ਨਹੀਂ ਵੀ ਆ ਵੀ ਨਹੀਂ ਜੀ ਆ ਵੀ ਨਹੀਂ ਜੀ ਆ ਵੀ ਨਹੀਂ ਪੜਨਾ ਜੀ ਆ ਵੀ ਨਹੀਂ ਪੜਨਾ ਜੀ ਆ ਵੀ ਨਹੀਂ ਪੜਨ ਵਾਲੇ ਵੀ ਇਹ ਤਾਂ ਜੀ ਐਵੇਂ ਭੂੰਡ ਮੰਗੂ ਪੜਦੇ ਜੀ ਤੇ ਉਹਨਾਂ ਦੀ ਨਿੰਦਿਆ ਹੀ ਕਰੀ ਜਾਣੀ ਇਹ ਤੇ ਜੀ ਹਰ ਹਰ ਕਰੀ ਜਾਂਦੇ ਜੀ ਤੇ ਵਾਹ ਇਹਨਾਂ ਤੋਂ ਬਚੋ ਨਾਸਤਕਾਂ ਤੋਂ ਇਹ ਇੱਕ ਗੱਲ ਇਹ ਯਾਦ ਰੱਖ ਲਿਓ ਅੱਜ ਦੀ ਕਹੀ ਹੋਈ ਗੱਲ ਇਸ ਤਰ੍ਹਾਂ ਦੇ ਇਨਸਾਨ ਖਤਮ ਵੀ ਹੋ ਜਾਂਦੇ ਆ ਪ੍ਰਮਾਤਮਾ ਵੱਲੋਂ ਬੰਦਾ ਦੁਨੀਆ ਦਾ ਕੋਈ ਉਹਨਾਂ ਤੱਕ ਪਹੁੰਚੇ ਕੋਈ ਨਾ ਪਹੁੰਚ ਕਰੇ ਪਰਮਾਤਮਾ ਵੱਲੋਂ ਇਹ ਜੇ ਇਨਸਾਨ ਥੱਕੇ ਜਾਂਦੇ ਆ ਔਰ ਇਹੋ ਜਿਹਾ ਥੱਕਾ ਪੈਂਦਾ ਉਹਨਾਂ ਨੂੰ ਕੋਈ ਰੱਖ ਨਹੀਂ ਸਕਦਾ ਫਿਰ ਕਿਉਂਕਿ ਅਲਾਹੀ ਅਕਾਲੀ ਬਾਣੀ ਦੇ ਵਚਨ ਨੇ ਕਿ ਤੇਰੇ ਗੁਰਮੁਖ ਤੇਰੇ ਨਾਮ ਚ ਅਠੇ ਪੈਰ ਰੰਗੇ ਰਹਿੰਦੇ ਆ ਤੇ ਜਿਹੜਾ ਉਹਨਾਂ ਨੂੰ ਫਿਰ ਮਜ਼ਾਕ ਕਰੇ ਟਿਚਰਾ ਕਰੇ ਮਸ਼ਕਰੀ ਕਰੇ ਫਿਰ ਉਹ ਸਿਆਣਪ ਵਾਲੀ ਗੱਲ ਨਹੀਂ ਸਮਝਾ ਰਹੇ ਰਹਾਓ ਵਿਸ਼ਰਾਮ ਦੇ ਕੇ ਸਮਝਾਰੇ ਗਾਵਣ ਸੁਨਣ ਸਭ ਤੇਰਾ ਪਾਣਾ ਕਹਿੰਦੇ ਜੀ ਪਾਣਾ ਕਿਦਾਂ ਦਾ ਹੁੰਦਾ ਹੈ ਪਾਣਾ ਕੀ ਹੁੰਦਾ ਹੈ ਪਾਣੇ ਦੀ ਉਦਾਹਰਨ ਦਿਓ ਜੀ ਇਹਦੀ ਵਿਆਖਿਆ ਕਰੋ ਜੀ ਪਾਣੇ ਦੀ ਵਿਆਖਿਆ ਇੰਨੀ ਹੋਏ ਵਾਹਿਗੁਰੂ ਦੇ ਗੁਣ ਗਾਉਣੇ ਵਾਹਿਗੁਰੂ ਦੇ ਗੁਣ ਸੁਣਨੇ ਇਹੀ ਪਾਣਾ ਹੈ ਉਹਦਾ ਇਹ ਉਹਦਾ ਪਾਣਾ ਗਾਵਣ ਸੁਣਨ ਸਭ ਤੇਰਾ ਪਾਣਾ ਪਾਣੇ ਉੱਤੇ ਵੱਡੇ ਵੱਡੇ ਸ਼ਾਸਤਰ ਲਿਖੇ ਜਾ ਸਕਦੇ ਔਰ ਲਿਖੇ ਗਏ ਬਹੁਤ ਸਾਰੇ ਪਾਣੇ ਨੂੰ ਮੰਨਦੇ ਬਹੁਤ ਸਾਰੇ ਮੰਨਦੇ ਹੀ ਨਹੀਂ ਕੋਈ ਵਿਚਾਲੇ ਖੜ ਗਿਆ ਕੋਈ ਅੱਧ ਵਿਚਾਲੇ ਖੜ ਗਿਆ ਕੋਈ ਪੂਰਾ ਹੀ ਪਾਣੇ ਚ ਚੱਲ ਗਿਆ ਪਰ ਗੁਰੂ ਜੀ ਨੇ ਸਮਝਾ ਦਿੱਤੀ ਗੱਲ ਕਹਿੰਦੇ ਗਾਣਾ ਪ੍ਰਮਾਤਮਾ ਦਾ ਜਸ ਉਹਦਾ ਜਸ ਸੁਣਨਾ ਕੰਨਾਂ ਦੇ ਨਾਲ ਗਾਉਣਾ ਜੀਵ ਦੇ ਨਾਲ ਮੰਨ ਦੀ ਜੀਵਾ ਦੇ ਨਾਲ ਗੁਰਮੁਖ ਤੇ ਰੋਮਾਂ ਦੇ ਨਾਲ ਵੀ ਗਾਉਣ ਲੱਗ ਜਾਂਦਾ ਹੈ ਉਹ ਇੱਕ ਵੱਖਰੀ ਇੱਕ ਸਟੇਜ ਐਸੀ ਬਣ ਜਾਂਦੀ ਜਦੋਂ ਗੁਰਮੁਖ ਦੇ ਰੋਮ ਰੋਮ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਬਾਣੀ ਨੇ ਮੋਹਰ ਲਾਈ ਹੈ ਗੁਰਮੁਖ ਰੋਮ ਰੋਮ ਹਰ ਤੇ ਆਵੇ ਗੁਰੂ ਕੀ ਸਿੱਖਦਾ ਗਾਵਣ ਸੁਣਨ ਸਭ ਤੇਰਾ ਭਾਣਾ ਹੈ ਵਾਹਿਗੁਰੂ ਸਭ ਤੇਰਾ ਸਿਮਰਨ ਗਾਉਣਾ ਤੇਰੀ ਬਾਣੀ ਨੂੰ ਗਾਉਣਾ ਤੇਰਾ ਸਿਮਰਨ ਸੁਣਨਾ ਇਹੀ ਤੇਰਾ ਪਾਣਾ ਹੈ ਇਹੀ ਕਰਨ ਵਾਲੇ ਤੈਨੂੰ ਪਾਉਂਦੇ ਆ ਜਿਹੜੇ ਤੇਰੀ ਬਾਣੀ ਨੂੰ ਸੁਣਦੇ ਆ ਜਿਹੜੇ ਤੇਰੀ ਬਾਣੀ ਨੂੰ ਗਾਉਂਦੇ ਆ ਹੁਕਮ 부ਝੈ ਸੋ ਸਾਚ ਸਮਾਣਾ ਆਹ ਮਹਾਰਾਜ ਨੇ ਮੋਹਰ ਲਾ ਦਿੱਤੀ ਜਿਹੜਾ ਇਸ ਹੁਕਮ ਦੀ ਗੱਲ ਨੂੰ 부ਝਦਾ ਹੈ ਸਮਝ ਜਾਂਦਾ ਹੈ 부ਝਣਾ ਹੁੰਦਾ ਜਣੀ ਸਮਝਣਾ ਗੁਰੂ ਜੀ ਕਹਿੰਦੇ ਜਿਹੜਾ ਇਸ ਗੱਲ ਨੂੰ ਸਮਝ ਜਾਏ ਸੋ ਸਾਚ ਸਮਾਣਾ ਉਹ ਸੱਚੇ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ ਹੁਕਮ ਕੀ ਹੈ ਕਿ ਵਾਹਿਗੁਰੂ ਦਾ ਸਿਮਰਨ ਵਾਹਿਗੁਰੂ ਦੀ ਬਾਣੀ ਨੂੰ ਸੁਣਨਾ ਜਾ ਕੋਣ ਬਾਣੀ ਤੇ ਸੁਣਨੀ ਨਹੀਂ ਬਾਣੀ ਤੇ ਗਉਣੀ ਨਹੀਂ ਬਾਣੀ ਦੀ ਗੱਲ ਨਹੀਂ ਕਰਨੀ ਬਾਣੀ ਵਾਰੇ ਜਾਣਣਾ ਨਹੀਂ ਬਾਣੀ ਪੜ੍ਹਨੀ ਨਹੀਂ ਬਸ ਤੇ ਫਿਰ ਕੀ ਪੈਦਾ ਹੋ ਉਹ ਅੰਦਰੋਂ ਨਫ਼ਰਤ ਪੈਦਾ ਹੋ ਉਹ ਅੰਦਰੋਂ ਨਿੰਦਿਆ ਪੈਦਾ ਹੋ ਉਹ ਅੰਦਰੋਂ ਅਹੰਕਾਰ ਪੈਦਾ ਹੋ ਉਹ ਅੰਦਰੋਂ ਵਿਕਾਰ ਪੈਦਾ ਹੋਣਗੇ ਫਿਰ ਸੱਚੇ ਚ ਸਮਾਇਆ ਨਹੀਂ ਜਾ ਸਕਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਗਾਵਨ ਸੁਨਣ ਸਭ ਤੇਰਾ ਬਾਣਾ ਇਹ ਤੇਰਾ ਬਾਣਾ ਹੈ ਤੈਨੂੰ ਪਾਉਂਦਾ ਉਹ ਹੈ ਜਿਹੜਾ ਤੇਰੇ ਗੁਣ ਗਾਉਂਦਾ ਤੇ ਸੁਣਦਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਹੁਕਮ ਬੂਝੈ ਸੋ ਸਾਚ ਸਮਾਉਣਾ ਸਮਾਣਾ ਇਹ ਤੇਰਾ ਹੁਕਮ ਜਿਹੜੇ ਨੂੰ ਸਮਝ ਆ ਗਈ ਉਹ ਸੱਚੇ ਵੈਗਰੂ ਤੇਰੇ ਵਿੱਚ ਹੀ ਸਮਾ ਜਾਏਗਾ ਫਿਰ ਦੂਜਾ ਨਹੀਂ ਰਹਿ ਜਾਂਦਾ ਜਿੰਨੀ ਪਛਾਤਾ ਸੱਚ ਸੇ ਕਿਨੇ ਹਿਆਂ ਭੇਦ ਨ ਜਾਣਹੁ ਮੂਲ ਸਾਈਂ ਜਿਹਿਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਜਪ ਜਪ ਜੀਵਹਿ ਤੇਰਾ ਨਾਮ ਜਪ ਜਪ ਜੀਵਹਿ ਤੇਰਾ ਨਾਮ ਉਹ ਜੀ ਤੇਰਾ ਨਾਮ ਜਪ ਜਪ ਕੇ ਜਿਉਂਦੇ ਆ ਜਿੰਦਗੀ ਜ਼ਿੰਦਗੀ ਨੇ ਤੇ ਲੰਘੀ ਜਾਣਾ ਜਿੰਨੀ ਮਿਲੀ ਹੈ ਉਹਨੇ ਤੇ ਲੰਘ ਜਾਣਾ ਕੋਈ ਭਾਵੇਂ ਸਾਰਾ ਦਿਨ ਚੁਗਲੀਆਂ ਕਰੀ ਜਾਏ ਕੋਈ ਸਾਰਾ ਦਿਨ ਨਿੰਦਿਆ ਕਰੀ ਜਾਏ ਕੋਈ ਸਾਰਾ ਦਿਨ ਸ਼ਰਾਬ ਪੀ ਜਾਏ ਕੋਈ ਸਾਰਾ ਦਿਨ ਜੂਆ ਖੇਡੀ ਜਾਏ ਇਹ ਤਾਂ ਨਹੀਂ ਰੁਕਣੀ ਕਿਸੇ ਤੋਂ ਇਥੇ ਲੰਘ ਜੂ ਮਹਾਪੁਰਸ਼ ਬਾਬਾ ਅਤਰ ਸਿੰਘ ਜੀ ਇੱਕ ਪਿੰਡ ਵਿੱਚ ਦੀ ਲੰਘੇ ਪਿੰਡਾਂ ਵਾਲੇ ਉਹਨਾਂ ਦਾ ਬਹੁਤ ਸਤਿਕਾਰ ਕਰਿਆ ਕਰਦੇ ਲੰਗੇ ਜਦੋਂ ਉੱਥੇ ਝੁੰਡਜਾ ਬਣਿਆ ਸੀ ਆਪਣੇ ਪਿੰਡਾਂ ਦੀ ਇੱਕ ਬੁਰੀ ਆਦਤ ਐ ਲੋਕਾਂ ਦੀ ਕਿ ਵੇਲੇ ਹੁੰਦੇ ਜਦੋਂ ਨਾ ਤਾਸ਼ ਜਾ ਖੇਡਣ ਲੱਗ ਜਾਂਦੇ ਇਕੱਠੇ ਹੋ ਕੇ ਤਾਸ਼ ਖੇਡ ਰਹੇ ਤੇ ਮਹਾਤਮਾ ਲੰਘਦੇ ਲੰਘਦੇ ਉਹਨਾਂ ਖੜ ਗਏ ਤੇ ਕਹਿੰਦੇ ਕੀ ਕਰਦੇ ਹੋ ਪ੍ਰੇਮਿਓ ਥੋੜਾ ਜਾ ਉਹ ਜਣੀ ਲਕੋ ਵੀ ਲਿਆ ਤਾਸ਼ ਜਾ ਤੇ ਕਹਿੰਦੇ ਜੀ ਟਾਈਮ ਪਾਸ ਕਰਦੇ ਆ ਉਹ ਕਹਿੰਦੇ ਉਹ ਇੰਨਾ ਤੇ ਹੈ ਨਹੀਂ ਉਹ ਵੀ ਪਾਸ ਕਰੋ ਤੁਸੀਂ ਉਹਨੂੰ ਇਹਦੇ ਮਿਲੇ ਹੀ ਬੜਾ ਥੋੜਾ ਇਹਨੂੰ ਸਫਲ ਕਰ ਲੋ ਪਾਸ ਨਾ ਕਰਿਓ ਜਿਹੜੇ ਟਾਈਮ ਪਾਸ ਦੇ ਚੱਕਰ ਚ ਪੈ ਗਏ ਫੇਲ ਹੋ ਜਾਂਦੇ ਆਖਰ ਨੂੰ ਇਹ ਤਾਂ ਬਾਣੀ ਦੀ ਪੰਕਤੀ ਪੜ੍ਹੀ ਉਹਨਾਂ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਮਿਰਥਾ ਜਾਏ ਇੱਕ ਦਮ ਵੀ ਲੰਘਣ ਨਾ ਦੇਉ ਯਤਨ ਕਰੋ ਵੀ ਇੱਧਰ ਲੱਗ ਜਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਜਪ ਜਪ ਜੀਵ ਹੈ ਤੇਰਾ ਨਾਉ ਉਹ ਤੇਰਾ ਨਾਮ ਜਪ ਜਪ ਕੇ ਜੀਂਦੇ ਆ ਸਿਮਰਨ ਕਰਦੇ ਆ ਹਰ ਪਲ ਤੇਰੇ ਸਿਮਰਨ ਵਿੱਚ ਜਿਉਣ ਦੀ ਯੁਗਤੀ ਤੇਰੇ ਤੋਂ ਮੰਗਦੇ ਤੇਰੇ ਦਰ ਤੇ ਖੜੇ ਆ ਪੱਲੇ ਅੱਡੀ ਵੀ ਮੈਨੂੰ ਵੀ ਇਹ ਦਾਤ ਪਾ ਦੇ ਮੇਰੇ ਮਾਲਕ ਇੱਕ ਤਿਲ ਨਹੀਂ ਵਿਸਰੈ ਇੱਕ ਤਿਲ ਵੀ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੁ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੇ ਬੰਦਗੀ ਉਹ ਤੇ ਮੰਗਦੇ ਐ ਕਿ ਹਰ ਪਲ ਤੇਰਾ ਨਾਮ ਜਪਾਂ ਤੁਝ ਬਿਨ ਦੂਜਾ ਨਾਹੀ ਥਾਉ ਕਿਉਂਕਿ ਤੇਰੇ ਤੋਂ ਬਿਨਾ ਦੂਜੀ ਕੋਈ ਥਾਏ ਨਹੀਂ ਐ ਜਿੱਥੇ ਉਹਨਾਂ ਦਾ ਮਨ ਟਿਕੇ ਜਾਂ ਉਹਨਾਂ ਦੀ ਸੁਰਤ ਟਿਕੇ ਜਾਂ ਹੋਰ ਕਿਸੇ ਪਾਸੇ ਉਹ ਜਾ ਸਕਣ ਉਹਨਾਂ ਲਈ ਕੋਈ ਥਾ ਨਹੀਂ ਕਿ ਹੋਰ ਪਾਸੇ ਜਾਣ ਉਹ ਤੇ ਘੁੰਮ ਕਮਾ ਕੇ ਉਹਨਾਂ ਨੂੰ ਤੇ ਆਹੀ ਦਰ ਲੱਭਦਾ ਹੋਰ ਨਹੀਂ ਕਿਤੇ ਖੜ੍ਹਦਾ ਹੀ ਇੱਥੇ ਆ ਉਹ ਤੇ ਕਹਿੰਦੇ ਮੈਨੂੰ ਨਹੀਂ ਕੋਈ ਥਾਂ ਥੂ ਹੈ ਹੋਰ ਮੇਰੇ ਕੋਲ ਨਹੀਂ ਕੁਝ ਐ ਨਾ ਮੈਨੂੰ ਅਕਲ ਐ ਨਾ ਮੈਨੂੰ ਚਤਰਾਈ ਆ ਨਾ ਮੇਰੇ ਕੋਲ ਗਿਆਨ ਐ ਨਾ ਮੇਰੇ ਕੋਲ ਵਿਗਿਆਨ ਐ ਮੈਨੂੰ ਨਹੀਂ ਕੁਝ ਐ ਹੁਣ ਤੇ ਦਿਮਾਗ 'ਚ ਸਿੱਖਾਂ ਦੇ ਪਤਾ ਨਹੀਂ ਕੀ ਪਾਈ ਜਾਂਦੇ ਆ ਬਾੜੀ ਜਾਂਦੇ ਆ ਉਹ ਲੌਜੀਕ ਜੀ ਤਰਕ ਜੀ ਉਹ ਸਭ ਲੌਜੀਕ ਤਰਕ ਸਭ ਲੈ ਜਾਂਦੀ ਵਹਾ ਕੇ ਪ੍ਰੇਮ ਦੀ ਨਦੀ ਹੈ ਜਿਹੜੀ ਜਦੋਂ ਗੁਰੂ ਦੇ ਦਰ ਤੇ ਆ ਕੇ ਕਹਿੰਦਾ ਮੈਨੂੰ ਨਹੀਂ ਆਉਂਦਾ ਕੁਝ ਨਾ ਮੇਰੇ ਕੋਲ ਕੋਈ ਜਾਪ ਨਾ ਕੋਈ ਤਪ ਸਭ ਕੁਝ ਹੋਵੇ ਭਾਵੇਂ ਸਿੱਖ ਕੋਲ ਫਿਰ ਵੀ ਮੈਨੂੰ ਲੋੜ ਹੈ ਤੇਰੇ ਤਰਸ ਦੀ ਉਹ ਕਹਿੰਦਾ ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰੱਖੋ ਸ਼ਰਮਾ ਜਦੋਂ ਐਦਾਂ ਕਰਦਾ ਫਿਰ ਉਹ ਤੇਰਾ ਕੀਤਾ ਜਤੋਂ ਨਹੀਂ ਮੈਨੂੰ ਜੋਗ ਕੀਤਾ ਹੀ ਫਿਰ ਜੋਗ ਕਰ ਲੈਂਦਾ ਨਾਲ ਕਹਿੰਦੇ ਤਰਸ ਪਿਆ ਮਹਿਰਾਮਤ ਹੋਈ ਸਤਪੁਰ ਸੱਜਣ ਮਿਲਿਆ ਫਿਰ ਕੀ ਦਾਤ ਮਿਲਦੀ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵਹਿ ਰਿਆ ਫਿਰ ਸਮਰੱਥਾ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ ਉਥੈ ਤੇਰੀ ਰਖ ਅਗਨੀ ਉਤਰ ਮਾਹੇ ਸੋ ਇਹ ਸਭ ਅਵਸਥਾਦਰ ਅਵਸਥਾ ਜਿਹੜੀਆਂ ਨਿਤਨੇਮ ਦੀਆਂ ਪੌੜੀਆਂ ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਬਣਾਈਆਂ ਨੇ ਪਹਿਲਾਂ ਸੋ ਉਦਾਰ ਹੈ ਫਿਰ ਸੋ ਘਾਰ ਹੈ ਫਿਰ ਸੋ ਪੁਰਖ ਹੈ ਸੋ ਪੁਰਖ ਨਿਰੰਜਨ ਹੈ ਇਹ ਸਭ ਚੀਜ਼ਾਂ ਬਣਾਈਆਂ ਕਿ ਤਾਂ ਕਿ ਸਿੱਖ ਨੂੰ ਪਤਾ ਲੱਗ ਜਾਏ ਕਿਵੇਂ ਕਿਵੇਂ ਦਰਜੇ ਵਰ ਦਰਜੇ ਨੇੜੇ ਲੱਗਣਾ ਹੈ ਗੁਰੂ ਜੀ ਕਹਿੰਦੇ ਨੇ ਤੂਜ ਬਿਨ ਦੂਜਾ ਨਹੀਂ ਥਾਓ ਤੇਰੇ ਤੋਂ ਬਿਨਾ ਮੇਰੇ ਕੋਲ ਕੋਈ ਦੂਜੀ ਥਾਂ ਦੂਜਾ ਟਿਕਾਣਾ ਹੈ ਨਹੀਂ ਬਸ ਤੇਰੇ ਦਰ ਤੇ ਖੜਨਾ ਦੁੱਖ ਸੁਖ ਕਰਤੇ ਹੁਕਮ ਰਜਾਏ ਦੁੱਖ ਵੀ ਸੁਖ ਵੀ ਕਰਤੇ ਹੁਕਮ ਹੈ ਵਾਹਿਗੁਰੂ ਤੇਰੀ ਹੁਕਮ ਵਿੱਚ ਤੇਰੀ ਰਜਾ ਵਿੱਚ ਹੈ ਦੁਖ ਆ ਜਾਏ ਸੁਖ ਆ ਜਾਏ ਸਭ ਤੇਰਾ ਹੈ ਆਮ ਤੌਰ ਤੇ ਜਦੋਂ ਬੰਦਾ ਜਗਿਆਸੂ ਵਰਤੀ ਵਾਲਾ ਹੁੰਦਾ ਹੈ ਉਦੋਂ ਹਰ ਕੋਈ ਬੰਦਾ ਹੀ ਸੁੱਖ ਹੀ ਮੰਗਦਾ ਹੈ ਮੈਨੂੰ ਸੁੱਖ ਮਿਲੇ ਦੁੱਖ ਕੱਟੇ ਜਾਣ ਇਹ ਪਹਿਲੀ ਅਵਸਥਾ ਹੈ ਹੁੰਦਾ ਵੀ ਐਸਾ ਔਰ ਗੁਰੂ ਜੀ ਨੇ ਇਹ ਗੱਲ ਆਖੀ ਵੀ ਹੈ ਕਿ ਜਦੋਂ ਕੋਈ ਬੰਦਾ ਗੁਰੂ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਸੁਣਦਾ ਹੈ ਮਨ ਚ ਪ੍ਰੇਮ ਰੱਖਦਾ ਹੈ ਉਦੋਂ ਦੁੱਖ ਕੱਟੇ ਜਾਂਦੇ ਸੁੱਖ ਆਉਂਦਾ ਵੀ ਹੈ ਜਬਜੀ ਸਾਹਿਬ ਚ ਲਿਖਿਆ ਗਾਵੀਐ ਸੁਣੀਐ ਮਨ ਰਖੀਐ ਭਾਉ ਅਗਲੀ ਪੰਕਤੀ ਦੁਖ ਪਰਹਰ ਕੱਠਾ ਹੀ ਪਾਠ ਹੈ ਪਰਹਰ ਪਰਹਰ ਵਕ ਅਡੋ ਅਡ ਨਹੀਂ ਤੋੜ ਕੇ ਨਹੀਂ ਪਰਹਰ ਦਾ ਅਰਥ ਹੁੰਦਾ ਬਦਲ ਦੇਣਾ ਨਾਸ਼ ਕਰ ਦੇਣਾ ਉਹਦੀ ਜਗ੍ਹਾ ਕੁਝ ਹੋਰ ਦੇ ਦੇਣਾ ਦੁਖ ਪਰਹਰ ਸੁਖ ਕਰ ਲੈ ਜਾਏ ਜਦੋਂ ਗਾਉਂਗੇ ਸੁਣੋਂਗੇ ਮਨ ਚ ਪ੍ਰੇਮ ਹੋਏਗਾ ਦੁੱਖ ਬਦਲ ਕੇ ਸੁੱਖਾਂ ਦੇ ਘਰ ਚ ਲਿਆ ਕਰ ਦਏਗਾ ਇਹ ਪਹਿਲੀ ਅਵਸਥਾ ਹੈ ਤੇ ਅੰਤਿਕ ਐਸੀ ਅਵਸਥਾ ਵੀ ਆਉਂਦੀ ਹੈ ਕਿ ਗੁਰੂ ਕੇ ਸਿੱਖ ਨੂੰ ਦੁੱਖ ਚੋਂ ਵੀ ਸੁੱਖ ਨਿਕਲਦਾ ਫਿਰ ਉਹਨੂੰ ਦੁਖੀ ਨਹੀਂ ਕਰ ਸਕਦੀ ਕੋਈ ਚੀਜ਼ ਉਹਨੂੰ ਆਰਾ ਦੁਖੀ ਨਹੀਂ ਕਰਦਾ ਉਹਨੂੰ ਰੰਬੀ ਦੁਖੀ ਨਹੀਂ ਕਰਦੀ ਉਹਨੂੰ ਚਰਖੜੀ ਦੁਖੀ ਨਹੀਂ ਕਰਦੀ ਉੱਥੇ ਵੀ ਤੇਰਾ ਕੀਆ ਮਿੱਠਾ ਲੱਗ ਗਏ ਦੀ ਜੁਗਤ ਜਾਣ ਜਾਂਦਾ ਹੈ। ਇਹ ਇੱਕ ਬਹੁਤ ਉਚਲੀ ਗੱਲ ਹੈ ਬਹੁਤ ਉਚਲੀ ਗੱਲ ਹੈ। ਪਰ ਸਾਡੇ ਵਰਗੇ ਹੁਣ ਵਿਆਖਿਆਕਾਰ ਬਣ ਕੇ ਖੜ ਗਏ ਜਿਨ੍ਹਾਂ ਚ ਇੱਕ ਸਕਿੰਟ ਦਾ ਵੀ ਸਹਿਜ ਨਹੀਂ ਫਿਰ ਲਾਂਭੇ ਦੇਣ ਲੱਗ ਜਾਂਦੇ ਆ। ਲਾਂਭੇ ਤੇ ਲਾਂਭਾ ਲਾਂਭੇ ਤੇ ਲਾਂਭਾ ਕਿਉਂਕਿ ਐਨੇ ਨੀਵੇਂ ਪੱਧਰ ਦੀ ਵਿਆਖਿਆਕਾਰੀ ਜਦੋਂ ਹੋਣ ਲੱਗ ਜੂ ਔਰ ਸਾਡਾ ਵਿਆਖਿਆ ਵਿਆਖਿਆਕਾਰਾਂ ਦਾ ਜੀਵਨ ਇਹਨੇ ਨੀਵੇਂ ਪੱਧਰ ਦਾ ਹੋ ਜਾਏਗਾ। ਸਾਨੂੰ ਗੁਰੂ ਤੇ ਯਕੀਨ ਹੀ ਨਹੀਂ ਤੇ ਚੈਲੰਜ ਅਸੀਂ ਉਹਨਾਂ ਨੂੰ ਕਰਨ ਲੱਗ ਜਾਵਾਂਗੇ ਜਿਨ੍ਹਾਂ ਆਪਣੇ ਪੁੱਤ ਦਾ ਦਿਲ ਕੱਢ ਕੇ ਮੂੰਹ 'ਚ ਪਵਾ ਲਿਆ ਤੇ ਅਸੀਂ ਨੋਂ ਵੀ ਕੌਮ ਲਈ ਨਾ ਲਾਇਆ ਹੋਵੇ ਤੇ ਅਸੀਂ ਫਿਰ ਉਹਨਾਂ ਦੀ ਗੱਲਾਂ ਸੁਣਨ ਲੱਗ ਜਾਾਂਗੇ ਫਿਰ ਸਾਡੇ 'ਚ ਕੀ ਉਹੀ ਕੁਝ ਟਿਕਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਜੋਤਸ਼ੀ ਮਿਲਿਆ ਸੀ ਬਹੁਤ ਵੱਡਾ ਜੋਤਸ਼ੀ ਸੀ ਜਦੋਂ ਦਮਦਮਾ ਸਾਹਿਬ ਤੋਂ ਅੱਗੇ ਮਹਾਰਾਜ ਜਾ ਰਹੇ ਸਨ ਰਾਜਪੂਤਾਂ ਨੇ ਗੁਰੂ ਜੀ ਨਾਲ ਉਹਨੇ ਕੋਈ ਗੱਲਬਾਤ ਕੀਤੀ ਆਪਣੀ ਜਣੀ ਜੋਤਿਸ਼ ਵਿੱਤਿਆ ਤੇ ਉਹਦਾ ਗੁਣ ਚੰਗਾ ਸੀ ਗੁਰੂ ਜੀ ਨੇ ਉਹਨੇ ਜਦੋਂ ਕੋਈ ਗੱਲ ਆਖੀ ਮਹਾਰਾਜ ਕਹਿੰਦੇ ਗੱਲ ਤਾਂ ਬੜੀ ਵਧੀਆ ਆਖੀ ਹੈ ਬਿਲਕੁਲ ਇਦਾਂ ਹੀ ਹੋਣਾ ਜਿੱਦਾਂ ਤਾਂ ਆਖੀ ਤੇਰੀ ਵਿੱਦਿਆ ਨੂੰ ਬਈ ਸ਼ਾਬਾਸ਼ ਹੈ ਜਦੋਂ ਇਦਾਂ ਗੱਲਬਾਤ ਹੋਈ ਤੇ ਜੋਤਿਸ਼ੀ ਨੇ ਕਿਤੇ ਗੁਰੂ ਜੀ ਨੇ ਇੱਕ ਗੱਲ ਆਖੀ ਬੜੀ ਕਮਾਲ ਦੀ ਸੀ ਆਖਿਰ ਕੀ ਕਿਹਾ ਉਹਨੇ ਕਹਿੰਦਾ ਜੀ ਮੈਂ ਤੁਹਾਡੇ 10 ਮਿੰਟ ਦਰਸ਼ਨ ਕੀਤੇ ਕੋਈ ਅੱਧਾ ਘੰਟਾ ਹੋ ਗਿਆ ਹੁਣ ਤੁਹਾਡੇ ਕੋਲ ਬੈਠੇ ਆ ਮੇਰੇ ਤੇ ਸੰਕਲਪ ਵਿਕਲਪ ਖਤਮ ਹੋ ਗਏ ਮੇਰੇ ਤੇ ਸ਼ੰਕੇ ਖਤਮ ਹੋ ਗਏ ਮੈਂ ਤੇ ਨਿਹਾਲ ਹੋ ਗਿਆ ਮੇਰੀ ਤੇ ਸੁਰਤ ਟਿਕ ਗਈ ਜਿਹੜੀ ਕਲਪਨਾ ਮੈਂ ਬੜੇ ਸ਼ਾਸਤਰ ਗ੍ਰੰਥ ਪੜ੍ਹੇ ਮੈਨੂੰ ਉਹ ਰਸ ਨਹੀਂ ਸੀ ਆ ਰਸ ਆਉਣ ਲੱਗ ਪਿਆ ਪਰ ਮਹਾਰਾਜ ਇੱਕ ਗੱਲ ਹੈ ਕਈ ਬੰਦੇ ਤੁਹਾਡੇ ਕੋਲ ਬੜੇ ਟਾਈਮ ਤੋਂ ਹੁੰਦੇ ਬਹੁਤ ਸਾਰੇ ਪਰ ਉਹਨਾਂ ਦੀ ਗੱਲ ਨਹੀਂ ਬਣਦੀ ਕੀ ਕਾਰਨ ਹੈ ਗੁਰੂ ਜੀ ਨੇ ਉਦਾਹਰਨ ਬੜੀ ਵਧੀਆ ਦਿੱਤੀ ਕਹਿੰਦੇ ਗਾਂ ਹੁੰਦੀ ਗਾਂ ਗਾਂ ਦੁੱਧ ਵੀ ਦਿੰਦੀ ਹੈ ਗਾਂ ਪਿਸ਼ਾਬ ਵੀ ਕਰਦੀ ਹੈ ਗੋਮੂਤਰ ਕੋਈ ਬੰਦਾ ਦੁੱਧ ਦੀ ਖੀਰ ਬਣਾ ਕੇ ਖਾਵੇ ਤੇ ਸਵਾਦ ਹੋਏਗੀ ਗਾਂ ਕਰੇ ਬੰਨੀ ਹੈ ਕੋਈ ਬੰਦਾ ਗੋਮੂਤਰ ਦੀ ਖੀਰ ਬਣਾ ਲੇ ਤੇ ਫਿਰ ਐਦਾਂ ਹੀ ਕਹਿੰਦੇ ਕਈ ਬੰਦੇ ਸ਼ਰਧਾ ਰੂਪੀ ਦੁੱਧ ਤੋਂ ਹੀਣੇ ਹੀ ਆ ਬਸ ਸਾਰੀ ਜ਼ਿੰਦਗੀ ਵੀ ਲਾ ਦੇਣ ਉਹਨਾਂ ਨੂੰ ਰਸ ਨਹੀਂ ਆ ਸਕਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਉਸ ਉਸ ਜੋਤਸ਼ੀ ਨੂੰ ਦੱਸਿਆ ਮਹਾਰਾਜ ਨੇ ਰਾਸ ਇਹ ਜਦੋਂ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਹਿੰਦੇ ਜਿੰਨਾ ਚਿਰ ਪ੍ਰੇਮ ਅਤੇ ਸ਼ਰਧਾ ਨਹੀਂ ਗੁਰੂ ਤੇ ਵਿਸ਼ਵਾਸ ਨਹੀਂ ਭਰੋਸਾ ਨਹੀਂ ਉਹਨਾਂ ਸਮਾਂ ਬ ਤਰਕਾਂ ਨੇ ਉਹਨਾਂ ਸਮਾਂ ਕਲਪਨਾਵਾਂ ਨੇ ਉਨਾ ਸਮਾਂ ਉਲਾਂਬੇ ਨੇ ਸ਼ਿਕਾਇਤਾਂ ਨੇ ਤੇ ਜਿੱਦਨ ਪਰੋਸ ਆ ਗਿਆ ਉਹ ਦਿਨ ਸਕੂਨ ਨਿਕਲੋ ਉਹ ਦਿਨ ਅਰਦਾਸ ਨਿਕਲੋ ਉਹ ਦਿਨ ਸ਼ੁਕਰਾਨਾ ਨਿਕਲੋ ਉਹ ਦਿਨ ਵਾਹ ਵਾਹ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਉਦਨ ਆਖੇਗਾ ਵਾਹਿਗੁਰੂ ਵਾਹਿਗੁਰੂ ਹੈ ਮੇਰੇ ਸੱਚੇ ਪਾਤਸ਼ਾ ਤੇਰੀ ਵਡਿਆਈ ਸੱਚੀ ਹੈ ਦੁੱਖ ਸੁੱਖ ਕਰਤੇ ਹੁਕਮ ਰਜਾਏ ਇਹ ਦੁੱਖ ਇਹ ਸੁੱਖ ਸਭ ਕਰਤੇ ਦਾ ਦਿੱਤਾ ਹੈ ਉਹਦੀ ਹੁਕਮ ਉਹਦੀ ਰਜਾ ਵਿੱਚ ਹੈ ਗੁਰਮੁਖ ਫਿਰ ਇਹਨਾਂ ਤੋਂ ਵੀ ਉੱਤੇ ਉੱਠ ਜਾਂਦਾ ਹੈ। ਪਾਣੇ ਬਖਸ਼ ਪਾਣੇ ਦੇ ਸਜਾਏ ਜਦੋਂ ਉਹਦੇ ਪਾਣੇ ਵਿੱਚ ਆ ਜਾਈਏ ਬਖਸ਼ ਵੀ ਲੈਂਦਾ ਹੈ। ਤੇ ਜੇ ਇਹ ਉਹਦੇ ਪਾਣੇ ਤੋਂ ਬਾਹਰ ਚੱਲੇ ਜਾਈਏ ਹੰਕਾਰੀ ਹੋਈਏ ਤੇ ਫਿਰ ਪਾਣੇ 'ਚ سزا ਵੀ ਦੇ ਦਿੰਦਾ ਉਹ। ਹਰਨਾਖਸ਼ ਵਰਗਿਆਂ ਨੂੰ ਨੌਂਾਂ ਨਾਲ ਪਾੜ ਕੇ ਰੱਖ ਦੱਤਾ ਸੀ ਜਿਹੜੇ ਕਹਿੰਦੇ ਸੀ ਇੰਦਰ ਵਰਗੇ ਰਾਜੇ ਡਰਦੇ ਐ ਮੇਰੇ ਤੋਂ। ਜਿਹੜਾ ਰਾਵਣ ਵਰਗਾ ਕਹਿੰਦਾ ਸੀ ਕਾਲ ਨੂੰ ਪਾਵੇ ਨਾਲ ਬੰਨਿਆ ਹੋਇਆ ਕਿੱਥੇ ਆ ਕਹਾ ਪਏ ਦਰਬਾਦ ਦੇ ਹਾਥੀ ਖਿੰਮੇ ਪਈ ਪਰਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ ਮਾਰਨੇ ਉਧਾਰਨਾ ਦਿੱਤੀਆਂ ਨੇ ਦੋਹਾ ਸਿਰਿਆਂ ਕਾ ਕਰਤਾ ਆਪ ਦੋਵੇਂ ਪਾਸੇ ਉਹੀ ਹੈ ਜਿੱਧਰ ਮਰਜੀ ਭਜ ਲੈ ਪ੍ਰੇਮ ਵਾਲੇ ਪਾਸੇ ਜਾਏਗਾ ਤੇ ਪ੍ਰੇਮ ਰੂਪ ਚ ਮਿਲੇਗਾ ਦੂਜੇ ਪਾਸੇ ਭਜਲਾ ਅੱਗੇ ਵੀ ਖੜਾ ਫਿਰ ਖੜਕਤਾਰੀ ਆਹੋ ਸਾਰੰਗ ਤਾਰ ਹੈ ਸ਼ਸ਼ਤਰ ਚੁੱਕੀ ਖੜਾ ਹੈ ਉੱਥੇ ਵੀ ਹੈ ਤੇ ਉਹ ਮੁਰਲੀ ਤਾਰ ਹੈ ਮਨੋਹਰ ਹੈ ਮਨਮੋਹਨ ਹੈ ਇਸ ਤਰ੍ਹਾਂ ਦੇ ਰੂਪ ਵੀ ਉਹ ਦੇ ਹਨ ਦੋਵੇਂ ਸਿਰਿਆਂ ਦਾ ਉਹ ਮਾਲਕ ਆਪ ਹੈ ਇਸ ਦੁਨੀਆ ਦਾ ਵੀ ਅੱਗੇ ਚਾਹੰਦਾ ਵੀ ਕੁਰਬਾਨ ਜਾਈ ਤੇਰੇ ਪ੍ਰਤਾਪ ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਮੈਂ ਤੇ ਤੇਰੇ ਪ੍ਰਤਾਪ ਤੋਂ ਕੁਰਬਾਨ ਜਾਨਾ ਮਾਪਣ ਨਹੀਂ ਚੜ ਗਿਆ ਵੀ ਮੈਂ ਅੰਤ ਪਾ ਲਵਾਂ ਨਾ ਕੁਰਬਾਨ ਮੈਂ ਬਲਿਹਾਰੇ ਜਾਣਾ ਤੇਰੀ ਕੀਮਤ ਤੂੰ ਹੈ ਜਾਣਹੈ ਤੇਰੀ ਕੀਮਤ ਕੀ ਹੈ ਤੂੰ ਕਿਵੇਂ ਕਰਦਾ ਕੋਈ ਸਮਝ ਨਹੀਂ ਸਕਦਾ ਤੂੰ ਹੀਉ ਜਾਣਦਾ ਤੂੰ ਆਪੇ ਬੁੱਝ ਹੈ ਸੁਣ ਆਪ ਵਖਾਣਾ ਤੂੰ ਆਪੇ ਬੁੱਝਦਾ ਹੈ ਸਾਰੇ ਦਿਲਾਂ ਦੀਆਂ ਤੂੰ ਆਪੇ ਸਭ ਦੇ ਦਿਲਾਂ ਦੀਆਂ ਅਰਦਾਸਾਂ ਸੁਣਦਾ ਹੈ ਆਪੇ ਸਾਰਿਆਂ ਦੇ ਮਨ ਦੇ ਵਿੱਚ ਤੂੰ ਉਪਦੇਸ਼ ਪਾਉਣਾ ਤੂੰ ਆਪੇ ਭੂਲਦਾ ਵੀ ਆਂ ਆਪਣੇ ਪਿਆਰਿਆਂ ਦੇ ਨਾਲ ਏ ਵੈਗੁਰੂ ਤੇਰੀ ਕਲਾ ਸਹੀ ਭਗਤ ਜੋ ਤੁਧ ਭਾਣੇ ਜਿਹੜੇ ਤੈਨੂੰ ਭਾ ਗਏ ਉਹੀ ਅਸਲ ਭਗਤ ਨੇ ਜਿਹੜੇ ਤੇਰੇ ਪਾਣੀ ਚ ਆ ਗਏ ਨਾਨਕ ਤਿੰਨ ਕੈ ਸਤਿਗੁਰ ਪਾਣੇ ਆਖਰੀ ਪੰਕਤੀ ਚ ਕਹਿੰਦੇ ਨੇ ਕਹਿੰਦੇ ਮੈਂ ਤੇ ਉਹਨਾਂ ਗੁਰਮਖੰਦ ਤੋਂ ਕੁਰਬਾਨੇ ਜਾਂਦਾ ਹਾਂ ਬਲਿਹਾਰੇ ਜਾਂਦਾ ਹਾਂ ਜਿਹੜੇ ਵਾਹਿਗੁਰੂ ਨੂੰ ਪਾ ਜਾਣ ਉਹਦੇ ਪਾਣੇ ਦੇ ਅਨੁਸਾਰ ਗਾਵਨ ਸੁਣਨ ਸਭ ਤੇਰਾ ਪਾਣਾ ਜਣੀ ਤੇਰੇ ਗੁਣ ਗਾਉਣ ਤੇਰੇ ਗੁਣ ਸੁਣਦੇ ਆ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਣਾ ਉਹਨਾਂ ਦੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ ਸ਼ਬਦ ਦੀ ਸੰਪੂਰਨਤਾ ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਪੁੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ